ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ, ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਏ ਨਮੋਕਾਰ ਜੋਰੀ, ਨਮੋਕਾਰ ਜੋਰੀ, ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦੁਰ ਪਰਮ ਕੇਰ ਪਾਲਾ, ਪਰਮ ਕੇਰ ਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ, ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ, ਬੰਦੋ ਬਾਰ ਬਾਰ ਜਗਦੀਸ਼ਾ, ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ, ਬੰਦੋ ਬਾਰ ਬਾਰ ਜਗਦੀਸ਼ਾ, ਜਿਸਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ, ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਹਾਜ਼ਰਾ ਹਜ਼ੂਰ ਗੁਰੂ, ਜਹਰਾ ਜਹੂਰ, ਸੱਚੇ ਪਾਤਸ਼ਾਹ, ਦਾਸਾਂ, ਗਰੀਬਾਂ, ਸਿੱਖਾਂ, ਸੇਵਕਾਂ ਦੀ ਇੱਜ਼ਤ ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ, ਸਦਾ ਹੀ ਦਿਆਲੂ, ਸਦਾ ਹੀ ਕਿਰਪਾਲੂ, ਮਿਹਰਬਾਨ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ, ਗਰੀਬ ਨਵਾਜ, ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਪਾਵਨ ਪਵਿੱਤਰ ਹਾਜ਼ਰੀ ਵਿਖੇ ਸੁਭਾਏ ਮਾਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਿਆਰੀ
ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਰਸਨਾ ਨੂੰ ਕਰੋ ਪਵਿੱਤਰ, ਮਨ ਬਿਰਤੀਆਂ ਇਕਾਗਰ ਕਰੋ, ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਸਹਿਤ ਸਿਰ ਝੁਕਾ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਜੀ ਦੀ ਲੜੀਵਾਰ ਕਥਾ, ਸਤਿਗੁਰੂ ਜੀ ਦਾ ਮਹਾਨ ਪਵਿੱਤਰ ਇਤਿਹਾਸ। ਆਪ ਸਭ ਸੰਗਤ ਬੜੇ ਹੀ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਜੀ ਤਲਵੰਡੀ ਦੀ ਧਰਤੀ 'ਤੇ ਭਾਗ ਲਾ ਰਹੇ ਹੈ। ਰਾਏ ਬੁਲਾਰ ਜੀ ਨੂੰ, ਮਾਤਾ ਪਿਤਾ ਜੀ ਨੂੰ, ਪਰਿਵਾਰ ਵਾਲਿਆਂ ਨੂੰ, ਤਲਵੰਡੀ ਦੇ ਲੋਕਾਂ ਨੂੰ ਸਤਿਗੁਰੂ ਜੀ ਖੁੱਲ੍ਹੇ ਦਰਸ਼ਨ ਬਖਸ਼ ਕੇ ਨਿਹਾਲ ਕਰ ਰਹੇ ਹੈ। ਉੱਧਰ ਆਪ ਜੀ ਨੇ ਸਰਵਣ ਕੀਤਾ। ਭਾਈ ਮਨਸੁਖ ਜੀ ਸ਼੍ਰੀ ਲੰਕਾ ਸੰਗਲਾ ਦੀਪ ਦੇ ਵਿੱਚ ਗਏ ਹੈ। ਉੱਥੇ ਉੱਥੋਂ ਦੇ ਰਾਜੇ ਭਾਈ ਸ਼ਿਵਨਾਭ ਦੇ ਮਨ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪਿਆਰ ਪੈਦਾ ਕਰ ਦਿੱਤਾ ਜੀ। ਸ਼ਿਵਨਾਭ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਆਰ ਵਿੱਚ ਦੀਵਾਨਾ ਮਸਤਾਨਾ ਹੋਇਆ। ਸਾਰਿਆਂ ਨੂੰ ਪਤਾ ਹੈ ਰਾਜੇ ਸ਼ਿਵਨਾਭ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਚਾਹੀਦੇ ਹੈ। ਬਹੁਤ ਸਾਰੇ ਫਕੀਰ ਆਪਣਾ ਨਾਮ ਗੁਰੂ ਨਾਨਕ ਦੇਵ ਸਾਹਿਬ ਜੀ ਰੱਖ ਕੇ ਰਾਜੇ ਸ਼ਿਵਨਾਭ ਦੇ ਕੋਲ ਗਏ ਜੀ। ਰਾਜੇ ਸ਼ਿਵਨਾਭ ਨੇ ਵੇਖਿਆ ਵੀ ਜੋ ਕਹਿੰਦੇ ਹੈ ਗੱਲ ਹੋਰ ਹੈ, ਜਿਵੇਂ ਮੈਨੂੰ ਮਨਸੁਖ ਨੇ ਦੱਸਿਆ ਸੀ ਇਹ ਉਹੋ ਜਿਹੇ ਨਹੀਂ ਹੈਗੇ। ਗੁਰੂ ਨਾਨਕ ਸਾਹਿਬ ਪੂਰੇ ਨੇ ਅਤੇ ਪੂਰਿਆਂ ਦੇ ਲੱਛਣ ਇਹਨਾਂ ਵਿੱਚ ਨਹੀਂ ਹੈਗੇ। ਸਾਧ ਸੰਗਤ ਜੀ, ਕਮਾਲ ਦੇ ਸਿੱਖ ਸਨ ਭਾਈ ਮਨਸੁਖ ਜੀ। ਭਾਈ ਮਨਸੁਖ ਜੀ ਦੇ ਕੁਝ ਦਿਨਾਂ ਦੀ ਸੰਗਤ ਕਰਕੇ ਰਾਜੇ ਸ਼ਿਵਨਾਭ ਦਾ ਸਾਰਾ ਜੀਵਨ ਹੀ ਬਦਲ ਗਿਆ ਜੀ। ਸਾਰਾ ਜੀਵਨ ਬਦਲ ਗਿਆ ਕੁਝ ਦਿਨ ਸੰਗਤ ਕਰਕੇ ਜੀ। ਰਾਜਾ ਸ਼ਿਵਨਾਭ ਨੇ ਫਿਰ ਇਸਤਰੀਆਂ ਕੁਝ ਤਿਆਰ ਕੀਤੀਆਂ। ਉਹਨਾਂ ਨੂੰ ਆਖਿਆ ਕੋਈ ਵੀ ਫਕੀਰ ਆਵੇ, ਆਪਣਾ ਨਾਮ ਗੁਰੂ ਨਾਨਕ ਦੇਵ ਜੀ ਆਖੇ ਅਤੇ ਬਸ ਫਿਰ ਉਹਦੀ ਪਰਖ ਲੈਣੀ ਹੈ। ਜੇ ਤਾਂ ਉਹ ਡੋਲ ਗਿਆ ਫਿਰ ਉਹ ਪਖੰਡੀ, ਅਤੇ ਜੇ ਉਹ ਨਾ ਡੋਲਿਆ ਤਾਂ ਗੁਰੂ ਨਾਨਕ ਦੇਵ ਸਾਹਿਬ ਹੋਊਗਾ। ਜੇ ਆਖੋ ਵਾਹਿਗੁਰੂ। ਸੰਗਤ ਜੀ, ਕਲਯੁੱਗ ਹੈ, ਮਾਇਆ ਦਾ ਬੜਾ ਪ੍ਰਭਾਵ ਹੈ, ਕਲਯੁੱਗ ਪੂਰੇ ਜ਼ੋਰਾਂ 'ਤੇ ਹੈ, ਅਤੇ ਇਹਦੇ ਕਰਕੇ ਜ਼ਬਰਦਸਤੀ ਬੰਦੇ ਜਿਹੜੇ ਹੈ ਉਹ ਡੋਲ ਜਾਂਦੇ ਹੈ ਜੀ। ਮਾਇਆ ਇੱਕ ਤਰੀਕੇ ਦੇ ਨਾਲ ਨਹੀਂ ਬੰਦੇ ਨੂੰ ਡਲਾਉਂਦੀ, ਮਾਇਆ ਕੋਲ ਬੰਦੇ ਨੂੰ ਡਲਾਉਣ ਦੇ ਬੜੇ ਤਰੀਕੇ ਹੈ, ਬੜੇ ਤਰੀਕੇ ਹੈ। ਡੋਲ ਗਏ, ਬੜੇ ਬੜੇ ਫਕੀਰ ਆਏ, ਇਸਤਰੀਆਂ ਨੂੰ ਵੇਖ ਕੇ ਡੋਲ ਜਾਂਦੇ ਰਹੇ ਜੀ। ਜਤ ਸਤ ਭੰਗ ਕਰਦੇ ਰਹੇ ਆਪਣਾ। ਇਸਤਰੀਆਂ ਨੇ ਆ ਕੇ ਦੱਸਣਾ ਰਾਜੇ ਸ਼ਿਵਨਾਭ ਨੂੰ ਵੀ ਸ਼ਿਵਨਾਭ ਜਿੰਨੇ ਆਏ ਨੇ ਸਾਰੇ ਅਧੂਰੇ ਆਏ ਨੇ, ਪੂਰਾ ਨਹੀਂ ਕੋਈ ਆਇਆ। ਫਿਰ ਰਾਜੇ ਸ਼ਿਵਨਾਭ ਨੇ ਕਹਿਣਾ ਇਹਦਾ ਮਤਲਬ ਹੈ ਅਜੇ ਗੁਰੂ ਨਾਨਕ ਸਾਹਿਬ ਨਹੀਂ ਆਏ ਜੀ। ਉੱਧਰ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਰਾਏ ਵਾਹਿਗੁਰੂ ਰਾਜੇ ਸ਼ਿਵਨਾਭ ਦਾ ਪਿਆਰ ਵੇਖਦੇ ਹੈ। ਰਾਜੇ ਸ਼ਿਵਨਾਭ ਦਾ ਜਿਹੜਾ ਪਿਆਰ ਹੈ ਨਾ, ਉਹ ਗੁਰੂ ਨਾਨਕ ਸਾਹਿਬ ਜੀ ਨੂੰ ਖਿੱਚੀ ਜਾਂਦਾ ਹੈ ਜੀ। ਸੰਗਤ ਜੀ, ਪਿਆਰ ਵਿੱਚ ਬੜੀ ਵੱਡੀ ਤਾਕਤ ਹੈ। ਜੇ ਕਿਸੇ ਨੂੰ ਪਿਆਰ ਕਰਨਾ ਆ ਜਾਵੇ ਸਤਿਗੁਰੂ ਜੀ ਦੇ ਨਾਲ, ਤੇ ਪਿਆਰ ਵਿੱਚ ਬੜੀ ਵੱਡੀ ਤਾਕਤ ਹੈ। ਜਿਹੜਾ ਗੁਰੂ ਸਾਹਿਬ ਨੂੰ ਪਿਆਰ ਕਰਦਾ ਅੱਤ ਦਾ ਕੰਗਾਲ ਹੋਵੇ, ਸੱਚੇ ਪਾਤਸ਼ਾਹ ਨੂੰ ਪਾਤਸ਼ਾਹ ਬਣਾ ਦਿੰਦੇ ਹੈ ਜੀ, ਉਹਨੂੰ ਪਾਤਸ਼ਾਹ ਬਣਾ ਦਿੰਦੇ ਹੈ। ਪਰ ਗੱਲ ਕੀ, ਜਿਹਦੇ ਹਿਰਦੇ ਵਿੱਚ ਗੁਰੂ ਸਾਹਿਬ ਦੇ ਬਾਰੇ ਪਿਆਰ ਹੋਵੇ ਜੀ। ਪਿਆਰ ਵਿੱਚ ਬਹੁਤ ਵੱਡੀ ਤਾਕਤ ਹੈ। ਗੱਜ ਕੇ ਆਖੋ ਜੀ ਵਾਹਿਗੁਰੂ। ਫਿਰ ਕਹੋ ਜੀ ਵਾਹਿਗੁਰੂ। ਫਿਰ ਕਹੋ ਜੀ ਵਾਹਿਗੁਰੂ। ਸੋ ਮਹਾਰਾਜ ਸੱਚੇ ਪਾਤਸ਼ਾਹ ਉੱਧਰ ਤਲਵੰਡੀ ਦੇ ਵਿੱਚ ਬੈਠੇ ਰਾਏ ਬੁਲਾਰ ਦਾ ਪਿਆਰ ਅਨੁਭਵ ਕੀਤਾ। ਇੱਕ ਦਿਨ ਜੰਗਲ 'ਚ ਸੱਚੇ ਪਾਤਸ਼ਾਹ ਬੈਠੇ, ਬਾਲਾ ਅਤੇ ਮਰਦਾਨਾ ਜੀ ਨੂੰ ਆਖਿਆ ਮਹਾਰਾਜ ਨੇ, ਭਾਈ ਸਿੱਖੋ, ਸਾਡਾ ਜੀ ਕਰਦਾ ਬਾਹਰ ਜਾ ਕੇ ਦੇਸ਼ਾਂ ਦੀ ਸੈਰ ਕਰੀਏ। ਸੈਰ 'ਤੇ ਇੱਕ ਬਹਾਨਾ ਹੈ, ਅਸਲ ਵਿੱਚ ਸੱਚੇ ਪਾਤਸ਼ਾਹ ਤਾਰਨ ਵਾਸਤੇ ਆਏ ਹੈ ਅਤੇ ਦੁਨੀਆਂ ਨੂੰ ਤਾਰਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਤਾਰਨ ਦਾ ਫੁਰਨਾ ਬਣਾ ਰਹੇ ਹੈ, ਤੈਰਨ ਵਾਹਿਗੁਰੂ ਸੈਰ ਦਾ ਬਹਾਨਾ ਬਣਾਇਆ। ਬਾਲਾ ਅਤੇ ਮਰਦਾਨਾ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਿਆ, ਮਹਾਰਾਜ
ਅਸੀਂ ਤੇ ਤੁਹਾਡੇ ਸੇਵਕ ਹਾਂ। ਮਹਾਰਾਜ ਤੁਹਾਡਾ ਸੰਗ ਹੀ ਨਹੀਂ ਛੱਡ ਸਕਦੇ, ਤੁਸੀਂ ਜਿੱਥੇ ਜਾਓਗੇ ਅਸੀਂ ਤੁਹਾਡੇ ਨਾਲ ਜਾਵਾਂਗੇ। ਇੱਥੋਂ ਤੱਕ ਸੰਗਤ ਜੀ ਕਥਾ ਹੋਈ ਸੀ, ਹੁਣ ਅੱਗੋਂ ਕਥਾ ਹੋਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਸੁਰਤੀਆਂ ਜੋੜੋ। ਸਤਿਗੁਰੂ ਮਹਾਰਾਜ ਤਲਵੰਡੀ ਦੇ ਵਿੱਚ ਬੈਠੇ ਹੈ, ਬਾਲਾ ਅਤੇ ਮਰਦਾਨਾ ਜੀ ਨੂੰ ਕਹਿ ਰਹੇ ਹੈ, ਭਾਈ ਚਲੋ ਦੇਸ਼ਾਂ ਵਿਦੇਸ਼ਾਂ ਦੀ ਸੈਰ ਕਰੀਏ। ਦੋਵੇਂ ਸਿੱਖ ਮਹਾਰਾਜ ਜੀ ਨੂੰ ਕਹਿੰਦੇ, ਸੱਚੇ ਪਾਤਸ਼ਾਹ ਅਸੀਂ ਤਾਂ ਸਦਾ ਹੀ ਤੁਹਾਡੇ ਦਾਸ ਹਾਂ, ਜਿੱਥੇ ਕਹੋ ਅਸੀਂ ਉੱਥੇ ਤੁਰ ਪੈਣਾ। ਦਾਸਾਂ ਦੀ ਸੰਗਤ ਜੀ ਕੋਈ ਮਰਜ਼ੀ ਨਹੀਂ ਹੁੰਦੀ ਜੀ, ਜਿਹੜੇ ਦਾਸ ਹੈ ਨਾ ਆਪਣੇ ਆਪ ਨੂੰ ਦਾਸ ਅਖਵਾਉਣਾ ਸੌਖਾ ਹੈ, ਅਸੀਂ ਜੀ ਤੁਹਾਡੇ ਦਾਸ ਹਾਂ। ਦਾਸ ਅਖਵਾ ਲੈਣਾ ਬੜਾ ਸੌਖਾ ਅਤੇ ਦਾਸ ਬਣਨਾ ਬੜਾ ਔਖਾ ਹੈਗਾ ਜੀ। ਦਾਸ ਬੰਦੇ ਦੀ ਕੋਈ ਮਰਜ਼ੀ ਨਹੀਂ ਚੱਲਦੀ ਜੀ, ਜਿਹੜਾ ਦਾਸ ਹੋ ਜਾਂਦਾ ਨਾ ਜੀ ਉਹਨੂੰ ਫਿਰ ਪੂਰਾ ਸਮਰਪਣ ਰੱਖਣਾ ਪੈਂਦਾ, ਮਨ ਜਿਹੜਾ ਦੇਣਾ ਪੈਂਦਾ ਆਪਣੇ ਮਾਲਕ ਨੂੰ ਜੀ। ਜਿਹੜੇ ਜਿਹੜੇ ਗੁਰੂ ਸਾਹਿਬ ਦੇ ਮਨੋਂ ਦਾਸ ਬਣੇ ਉਹ ਨਿਹਾਲ ਹੋ ਗਏ। ਭਾਈ ਬਾਲਾ ਅਤੇ ਮਰਦਾਨਾ ਜੀ ਸਤਿਗੁਰੂ ਜੀ ਨੂੰ ਕਹਿੰਦੇ, ਮਹਾਰਾਜ ਸਤ ਬਚਨ, ਹੁਣ ਅੱਗੋਂ ਇਤਿਹਾਸ ਦੀ ਕਥਾ ਸਰਵਣ ਕਰੋ। ਪਿਆਰ ਨਾਲ ਸਾਰੀ ਸੰਗਤ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨਹੋ ਗੁਰੂ ਅੰਗਦ ਗਤ ਦਾਨੀ। ਭਾਈ ਬਾਲਾ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਕਥਾ ਸੁਣਾ ਰਹੇ ਹੈ, ਕਹਿੰਦੇ ਹੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ, ਉਸ ਸਮੇਂ ਮੈਂ ਵੀ ਕੁਝ ਬਚਨ ਗੁਰੂ ਨਾਨਕ ਸਾਹਿਬ ਜੀ ਨੂੰ ਕਹੇ, ਮਹਾਰਾਜ ਉਹ ਸੁਣੋ। ਹਾਂਜੀ। ਬੰਦ ਪਾਨ ਪੁੰਨ ਮੈਂ ਕਹਿ ਬਾਣੀ। ਸੱਚੇ ਪਾਤਸ਼ਾਹ ਬੰਦ ਪਾਨ ਪੁੰਨ ਮਹਿ ਕਹਿ ਬਾਣੀ, ਮਹਾਰਾਜ ਮੈਂ ਵੀ ਗੁਰੂ ਨਾਨਕ ਸਾਹਿਬ ਅੱਗੇ ਹੱਥ ਜੋੜੇ, ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੈਂ ਵੀ ਬੇਨਤੀ ਕੀਤੀ। ਦੀਨ ਦਇਆਲ ਰਾਖ ਨਿਜ ਸਾਥਾ। ਹੇ ਸੱਚੇ ਪਾਤਸ਼ਾਹ ਗਰੀਬ ਨਵਾਜ, ਕਿਰਪਾ ਕਰੋ ਤੇ ਮਹਾਰਾਜ ਮੈਨੂੰ ਆਪਣੇ ਨਾਲ ਹੀ ਰੱਖੋ। ਕੋਈ ਥੋੜ੍ਹਾ ਬਹੁਤਾ ਗੁਰਮੁਖ ਅਭਿਆਸੀ ਹੋਵੇ ਨਾ ਅਤੇ ਸੰਗਤ ਜੀ ਉਹਦੇ ਲਾਗੇ ਲਾਗੇ ਜਿਹੜੇ ਰਹਿੰਦੇ ਨਾ ਉਹਨਾਂ ਨੂੰ ਰੰਗ ਲੱਗਣਾ ਸ਼ੁਰੂ ਹੋ ਜਾਂਦਾ ਹੈ ਜੀ, ਜਾਂ ਫਿਰ ਜਿਹੜੇ ਲਾਗੇ ਲਾਗੇ ਰਹਿੰਦੇ ਕਰਨ ਭਾਵੇਂ ਨਾ ਹੀ ਕੁਛ, ਉਹਨਾਂ ਨੂੰ ਵੈਸੇ ਕੁਛ ਨਾ ਕੁਛ ਮਿਲੀ ਜਾਂਦਾ ਜੀ ਉਹਦੇ ਕੋਲੋਂ ਜੀ। ਜਿਹੜਾ ਅਭਿਆਸੀ ਪੁਰਸ਼ ਹੁੰਦਾ, ਰੱਬ ਦੀ ਮਿਹਰ ਵਾਲਾ ਹੁੰਦਾ, ਉਹਦੀ ਸੰਗਤ ਵਿੱਚ ਰਹਿਣ ਵਾਲੇ ਬੰਦੇ ਕਰਨ ਭਾਵੇਂ ਕੁਝ ਨਾ ਹੀ, ਉਹਦੇ ਦਰਸ਼ਨ ਕਰ ਕਰ ਹੀ ਨਿਹਾਲ ਹੋਈ ਜਾਣਗੇ ਜੀ। ਭਾਈ ਬਾਲਾ ਜੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਮਹਾਰਾਜ ਕਿਰਪਾ ਕਰੋ, ਬਖਸ਼ਿਸ਼ ਕਰੋ ਅਤੇ ਮੈਨੂੰ ਮਹਾਰਾਜ ਆਪਣੇ ਨਾਲ ਰੱਖੋ। ਹਾਂਜੀ। ਤੁਮ ਸਮ ਦੇਖੋ ਔਰ ਨਾ ਨਾਥਾ। ਕਿਉਂ ਸੱਚੇ ਪਾਤਸ਼ਾਹ, ਮੈਂ ਇਸ ਜਗਤ ਵਿੱਚ ਵੇਖ ਲਿਆ ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈਗਾ ਮਹਾਰਾਜ। ਸਮਝ ਆ ਗਈ ਜੀ ਉਹਨਾਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਕੌਣ ਨੇ। ਹਾਂਜੀ। ਸੁਣ ਕੇ ਬਚਨ ਪ੍ਰਸਿੱਧ ਬਿਸਾਲਾ। ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਜਦੋਂ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਨਾ ਵੀ ਮਹਾਰਾਜ ਮੈਨੂੰ ਆਪਣੇ ਨਾਲ ਰੱਖੋ, ਸੱਚੇ ਪਾਤਸ਼ਾਹ ਮੈਂ ਤੁਹਾਡੀ ਸੰਗਤ ਛੱਡ ਕੇ ਜਾਣਾ ਨਹੀਂ ਆ ਕਿਤੇ, ਅਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮੇਰੀ ਗੱਲ ਸੁਣ ਕੇ ਬੜੇ ਖੁਸ਼ ਹੋਏ ਮਹਾਰਾਜ। ਹਾਂਜੀ। ਭਾਈ ਪਰਦੋਖ ਉੱਠੇ ਤੇ ਕਾਲਾ। ਅਤੇ ਸ਼ਾਮਾਂ ਦਾ ਸਮਾਂ ਢਲ ਚੁੱਕਾ ਸੀਗਾ, ਰਾਤ ਸ਼ੁਰੂ ਹੋ ਚੁੱਕੀ ਸੀਗੀ, ਅਤੇ ਸੱਚੇ ਪਾਤਸ਼ਾਹ ਮਹਾਰਾਜ ਉੱਠ ਕੇ ਅਤੇ ਘਰ ਨੂੰ ਆ ਗਏ। ਮਹਾਰਾਜ ਜਦੋਂ ਗੁਰੂ ਨਾਨਕ ਸਾਹਿਬ ਰਾਤ ਨੂੰ ਘਰ ਨੂੰ ਆਏ, ਮਰਦਾਨਾ ਵੀ ਆਪਣੇ ਘਰ ਨੂੰ ਚਲੇ ਗਿਆ ਅਤੇ ਮੈਂ ਵੀ ਆਪਣੇ ਘਰ ਨੂੰ ਆ ਗਿਆ। ਹਾਂਜੀ। ਆਏ ਨਗਰ ਵਿਖੇ ਨਿਜ ਸਦਨਾ। ਸਤਿਗੁਰੂ ਜੀ ਰਾਤ ਦੇ ਸ਼ੁਰੂਆਤ ਸਮੇਂ ਜੀ, ਰਾਤ ਦਾ ਸ਼ੁਰੂਆਤੀ ਪੱਖ ਸੀਗਾ, ਮਹਾਰਾਜ ਸੱਚੇ ਪਾਤਸ਼ਾਹ ਆਪਣੇ ਘਰ ਵਿੱਚ ਆਏ ਜੀ। ਹਾਂਜੀ। ਪ੍ਰਫੁੱਲਤ ਅਰਬਿੰਦ ਸੋ ਬਦਨਾ। ਅਤੇ ਜਦੋਂ ਮਹਾਰਾਜ ਘਰ ਗਏ, ਭਾਈ ਬਾਲਾ ਜੀ ਕਹਿੰਦੇ ਮੈਂ ਵੇਖ ਰਿਹਾ ਸਾਂ ਮਹਾਰਾਜ ਦੇ ਚਿਹਰੇ 'ਤੇ ਇੱਕ ਵੱਖਰੀ ਚਮਕ ਸੀਗੀ ਜੀ, ਇੱਕ ਵੱਖਰੀ ਚਮਕ ਸੀ। ਗੱਜ ਕੇ ਆਖੋ ਵਾਹਿਗੁਰੂ। ਪਤਾ ਉਹ ਵੱਖਰੀ ਚਮਕ ਕਿਉਂ ਸੀਗੀ? ਉਹ ਵੱਖਰੀ ਚਮਕ ਰਾਜੇ ਸ਼ਿਵ ਨਾਭ ਦੇ ਪਿਆਰ ਕਰਕੇ ਸੀਗੀ ਜੀ।
ਪਿਆਰ ਕਰਕੇ ਸੀ। ਮਹਾਰਾਜ ਸੱਚੇ ਪਾਤਸ਼ਾਹ ਰਾਜੇ ਸ਼ਿਵ ਨਾਭ ਦੇ ਕੋਲ ਜਾਣਾ ਚਾਹੁੰਦੇ ਸੀਗੇ। ਰਾਜਾ ਸ਼ਿਵ ਨਾਭ ਬਹੁਤਾ ਹੀ ਬੈਰਾਗੀ ਹੋ ਕੇ ਮਹਾਰਾਜ ਨੂੰ ਬੇਨਤੀਆਂ ਕਰ ਰਿਹਾ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਦੇ ਮੁੱਖ 'ਤੇ ਵੱਖਰੀ ਚਮਕ ਸੀ ਮਹਾਰਾਜ ਉਸ ਦਿਨ। ਹਾਂਜੀ, ਸਵਈਆ ਬੈਨ ਕਹੇ ਨਿਜ ਧਾਮ ਵੇਖੈ ਅਬ ਨਾਨਕ ਜੀ ਚੱਲ ਬੇਕੀਏ ਤਿਆਰਾ। ਮਹਾਰਾਜ ਜਦੋਂ ਮੈਂ ਆਪਣੇ ਘਰ ਵਿੱਚ ਆਇਆ, ਮੈਂ ਆਪਣੇ ਘਰਦਿਆਂ ਨੂੰ ਆਖਿਆ ਅਤੇ ਮਰਦਾਨਾ ਜੀ ਨੇ ਆਪਣੇ ਘਰਦਿਆਂ ਨੂੰ ਆਖਿਆ ਵੀ ਹੁਣ ਸਾਡੇ ਮਾਲਕ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਸੇ ਪਾਸੇ ਜਾਣ ਦੀ ਤਿਆਰੀ ਕੀਤੀ ਹੈ। ਉਹਨਾਂ ਨੇ ਕਿਸੇ ਇਲਾਕੇ ਵਿੱਚ ਜਾਣਾ ਅਤੇ ਅਸੀਂ ਉਹਨਾਂ ਦੇ ਨਾਲ ਜਾਣਾ ਹੈ। ਹਾਂਜੀ, ਸੰਗ ਚੱਲੈ ਤਿੰਨ ਕੇ ਹਮ ਤਾਂ ਛਿੰਨ ਪ੍ਰੀਤ ਵਿਸਾਲ ਦਇਆਲ ਉਦਾਰਾ। ਮਹਾਰਾਜ ਮੈਂ ਆਪਣੇ ਘਰਦਿਆਂ ਨੂੰ ਜਾ ਕੇ ਆਖਿਆ, ਭਾਈ ਬਾਲਾ ਜੀ ਆਪਣੇ ਘਰਦਿਆਂ ਨੂੰ ਜਾ ਕੇ ਕਹਿਣ ਲੱਗੇ ਵੀ ਭਾਈ ਮੈਂ ਤੇ ਗੁਰੂ ਨਾਨਕ ਸਾਹਿਬ ਦਾ ਸਾਥ ਨਹੀਂ ਛੱਡ ਸਕਦਾ, ਜਿੱਥੇ ਉਹ ਜਾਣਗੇ ਉੱਥੇ ਅਸੀਂ ਜਾਵਾਂਗੇ, ਕਿਉਂ ਉਹ ਸਾਡੇ ਨਾਲ ਬੜਾ ਪਿਆਰ ਕਰਦੇ। ਸੰਗਤ ਜੀ ਬੜੀ ਮੁਸ਼ਕਲ ਇਹ ਜੋੜ ਜੁੜਦੇ ਹੈ, ਗੁਰੂ ਸਾਹਿਬ ਨਾਲ ਤਾਂ ਛੱਡੋ ਕਿਸੇ ਰੱਬ ਦੇ ਪਿਆਰੇ ਨਾਲ ਵੀ ਬੜੀ ਮੁਸ਼ਕਲ ਜੋੜ ਜੁੜਦੇ, ਜੇ ਨਹੀਂ ਤਾਂ ਇੰਨੇ ਉੱਚੇ ਭਾਗ ਨਹੀਂ ਹੁੰਦੇ ਜੀ ਕਿਸੇ ਦੇ। ਅਤੇ ਭਾਈ ਬਾਲਾ ਜੀ ਹੋਣਾਂ ਦੇ ਤਾਂ ਬਹੁਤ ਵੱਡੇ ਭਾਗ ਹੈ ਨਾ, ਸਿੱਧੇ ਗੁਰੂ ਨਾਲ ਹੀ ਸੰਬੰਧ ਜੁੜ ਗਏ ਜੀ ਇਹਨਾਂ ਦੇ। ਯੋਂ ਸੁਧ ਪੀ ਜਬ ਸ਼੍ਰੀ ਗੁਰ ਆਲੈ ਮਾਤ ਪਿਤਾ ਸੁਤ ਦੇਹੇ ਵਿਸਾਰਾ। ਤੇ ਮਹਾਰਾਜ ਇਹ ਖਬਰ ਹੌਲੀ 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 ਕਰਦਿਆਂ ਕਰਦਿਆਂ ਪਿਤਾ ਮਹਿਤਾ ਕਾਲੂ ਜੀ ਦੇ ਕੋਲ ਅਤੇ ਮਾਤਾ ਤ੍ਰਿਪਤਾ ਜੀ ਦੇ ਕੋਲ ਪਹੁੰਚ ਗਈ ਵੀ ਕੱਲ੍ਹ ਨੂੰ ਸਾਡੇ ਪੁੱਤਰ ਨੇ ਬਾਹਰ ਚਲੇ ਜਾਣਾ ਹੈ, ਕਿਸੇ ਥਾਂ 'ਤੇ ਦੂਰ ਜਾਣਾ ਹੈ। ਹਾਂਜੀ, ਚਿੰਤ ਬਦੀ ਔਰ ਅੰਤਰ ਪੂਰ ਨਿਰੰਤਰ ਦੀਨ ਚੱਲੈ ਨਹਿ ਚਾਰਾ। ਜਦੋਂ ਪਿਤਾ ਮਹਿਤਾ ਕਾਲੂ ਜੀ ਨੂੰ ਅਤੇ ਮਾਤਾ ਤ੍ਰਿਪਤਾ ਜੀ ਨੂੰ ਪਤਾ ਲੱਗਾ ਨਾ ਕਿ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਚੱਲੇ ਹੈ, ਪਤਾ ਨਹੀਂ ਕਿਹੜੇ ਦੇਸ਼ ਵਿੱਚ ਜਾਣਾ, ਕਿੱਥੇ ਜਾਣਾ, ਅਤੇ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਮਹਿਤਾ ਕਾਲੂ ਜੀ ਨੂੰ ਚਿੰਤਾ ਵੱਧ ਗਈ ਜੀ। ਕਿਉਂ? ਮਾਤਾ ਜੀ ਨਹੀਂ ਚਾਹੁੰਦੇ ਵੀ ਮਹਾਰਾਜ ਕਿਤੇ ਜਾਣ ਜੀ, ਉਹ ਤਾਂ ਕਦੀ ਵਪਾਰ ਦੀ ਗੱਲ ਕਰਦੇ, ਕਦੀ ਖੇਤੀ ਦੀ ਗੱਲ ਕਰਦੇ, ਉਹਨਾਂ ਨੂੰ ਚਿੰਤਾ ਬੜੀ ਵੱਧ ਗਈ ਜੀ। ਹਾਂਜੀ, ਰਾਏ ਬੁਲਾਰ ਆਵਾਸ ਗਏ ਤਹਿਜਾਵਤ ਹੀ ਬਹਰੋਦਨ ਕੀਨੋ। ਮਾਤਾ ਜੀ ਉਸੇ ਸਮੇਂ ਹੀ ਇੱਕ ਦਾਸੀ ਨੂੰ ਲੈ ਕੇ ਅਤੇ ਰਾਏ ਬੁਲਾਰ ਦੇ ਘਰ ਵਿੱਚ ਗਏ, ਕਿਉਂ ਸਭ ਨੂੰ ਪਤਾ ਸੀ ਜੇ ਗੁਰੂ ਨਾਨਕ ਸਾਹਿਬ ਨੂੰ ਕੋਈ ਰੋਕ ਸਕਦਾ ਤਾਂ ਰਾਏ ਬੁਲਾਰ ਰੋਕ ਸਕਦੇ ਹੈ, ਪਰ ਹੁਣ ਰਾਏ ਬੁਲਾਰ ਜੀ ਵੀ ਕੋਈ ਹੁਕਮ ਨਹੀਂ ਮਹਾਰਾਜ ਨੂੰ ਕਰਦੇ ਜੀ, ਉਹ ਤਾਂ ਗੁਰੂ ਸਾਹਿਬ ਨੂੰ ਆਪਣਾ ਗੁਰੂ ਮੰਨ ਲਿਆ ਜੀ ਉਹਨਾਂ ਨੇ। ਮਾਤਾ ਜੀ ਰਾਏ ਬੁਲਾਰ ਜੀ ਦੇ ਕੋਲ ਜਾ ਕੇ ਅਤੇ ਬੈਰਾਗ ਕਰਨ ਲੱਗ ਪਏ, ਰੋਣ ਲੱਗ ਪਏ। ਹਾਂਜੀ, ਸ਼੍ਰੀ ਗੁਰ ਕੀ ਜਨਨੀ ਔਰ ਆਤੁਰ ਤਾਤ ਗਇਓ ਪਿਤ ਭਰਾਤ ਸੋ ਤੀਨੋ। ਮਾਤਾ ਜੀ ਬਹੁਤ ਹੀ ਆਤੁਰ ਹੋ ਗਏ, ਗੁਰੂ ਸਾਹਿਬ ਜੀ ਦੇ ਪਿਤਾ ਜੀ, ਸਤਿਗੁਰੂ ਜੀ ਦੇ ਚਾਚਾ ਜੀ, ਸਾਰੇ ਰਾਜੇ ਦੇ ਕੋਲ ਜਾ ਕੇ ਇਕੱਠੇ ਹੋ ਗਏ। ਹਾਂਜੀ, ਹੋਏ ਅਧੀਨ ਕਹੇ ਮੁਖ ਸੋ ਬਚ ਨਾਨਕ ਧਾਮ ਰੱਖੋ ਜੇ ਵਚੀਨੋ। ਤੇ ਬੜੇ ਅਧੀਨ ਹੋ ਕੇ ਨਾ ਬੜੀ ਨਿਮਰਤਾ ਦੇ ਨਾਲ ਉਹ ਰਾਏ ਬੁਲਾਰ ਜੀ ਨੂੰ ਕਹਿਣ ਲੱਗੇ, ਰਾਏ ਸਾਹਿਬ ਕਿਸੇ ਤਰੀਕੇ ਨਾਲ ਸਾਡੇ ਪੁੱਤਰ ਨੂੰ ਘਰ ਵਿੱਚ ਰੱਖ ਲਓ, ਸਵੇਰੇ ਉਹਨਾਂ ਨੇ ਕਿਤੇ ਬਾਹਰ ਚਲੇ ਜਾਣਾ, ਪਰਿਵਾਰ ਨੂੰ ਹੁੰਦਾ ਸਾਧ ਸੰਗਤ ਜੀ, ਪਰਿਵਾਰ ਨੂੰ ਹੁੰਦਾ ਕਿਸੇ ਨਾ ਕਿਸੇ ਤਰੀਕੇ ਗੁਰੂ ਨਾਨਕ ਜੀ ਨੂੰ ਆਪਣੇ ਘਰ ਵਿੱਚ ਰੱਖ ਲਓ ਮਹਾਰਾਜ, ਇੱਥੇ ਰੱਖ ਲਓ। ਹਾਂਜੀ, ਯੋਂ ਕਹਿ ਸਵਾਸ ਲਇਓ ਜਬ ਹੀ ਸੁਨ ਰਾਏ ਤਬੈ ਕਰੁਣਾ ਰਸ ਪੀਨੋ। ਹੁਣ ਇਸ ਖਬਰ ਦਾ ਰਾਏ ਬੁਲਾਰ ਜੀ ਨੂੰ ਨਹੀਂ ਵੀ ਪਤਾ ਜੀ, ਜਦੋਂ ਰਾਏ ਬੁਲਾਰ ਜੀ ਨੂੰ ਪਤਾ ਲੱਗਾ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਵੇਰੇ ਚਲੇ ਜਾਣਾ ਤੇ ਸਾਡੇ ਕੋਲ ਇੱਕ ਰਾਤ ਹੀ ਹੈ, ਜੇ ਤੇ ਰਾਤ ਜ਼ੋਰ ਲਾ ਲਈਏ ਤੇ ਹੋ ਸਕਦਾ ਰੁਕ ਜਾਣ, ਨਹੀਂ ਤੇ ਮੁਸ਼ਕਲ ਹੈ। ਹਾਂਜੀ, ਭੁਜੰਗ ਛੰਦ ਤਬੈ ਰਾਏ ਭੇਜਿਓ ਉਮੀਦਾਂ ਜੋ ਦੱਸ। ਰਾਏ ਬੁਲਾਰ ਜੀ ਦੇ ਕੋਲ ਉਸ ਸਮੇਂ ਇੱਕ ਸੇਵਕ ਖਲੋਤਾ ਸੀਗਾ ਜਿਹਦਾ ਨਾਮ ਸੀ ਉਮੀਦਾਂ। ਹਾਂਜੀ, ਤਪਾ ਤਾਤ ਕਾਲੂ ਕੇ ਜਾਵੋ ਸੋ ਪਾਸੂ। ਆਖਿਆ, ਕਹਿੰਦੇ ਜਾਓ ਮਹਿਤਾ ਕਾਲੂ ਦੇ ਪੁੱਤਰ ਨਾਨਕ ਜੀ ਦੇ ਕੋਲ ਜਾਓ,
ਉਹਨਾਂ ਨੂੰ ਬੇਨਤੀ ਕਰੋ ਸਾਨੂੰ ਮਹਿਲਾਂ ਵਿੱਚ ਆ ਕੇ ਦਰਸ਼ਨ ਦੇਣ। ਹਾਂਜੀ, ਕਰੋ ਬੰਦਗੀ ਜਾਏ ਆਗੈ ਕਨੇਰੀ। ਵੇਖ ਲਓ ਰਾਏ ਬੁਲਾਰ ਜੀ ਬੜੇ ਸਿਆਣੇ ਹੈ, ਸੇਵਕ ਨੂੰ ਆਖਿਆ ਐਵੇਂ ਨਾ ਜਾ ਕੇ ਆਖੀ, ਪਹਿਲਾਂ ਉਹਨਾਂ ਨੂੰ ਮੇਰੇ ਵੱਲੋਂ ਮੱਥਾ ਟੇਕੀ ਕਹਿੰਦੇ। ਵੇਖ ਲਓ ਰਾਜਾ ਹੋਵੇ ਰਾਜਾ ਅਤੇ ਕਿਵੇਂ ਕਹਿਣ ਦਿਆ ਵੀ ਪਹਿਲਾਂ ਮੱਥਾ ਟੇਕੀ ਅਤੇ ਫਿਰ ਆਖੀ ਕੋਈ ਗੱਲ। ਪਹਿਲਾਂ ਮੱਥਾ ਟੇਕੀ ਗੁਰੂ ਨਾਨਕ ਸਾਹਿਬ ਜੀ ਨੂੰ। ਹਾਂਜੀ, ਦਇਆ ਧਾਰ ਦੀਦਾਰ ਦੀ ਜੈ ਬਦੇਰੀ। ਅਤੇ ਉਹਨਾਂ ਨੂੰ ਪਤਾ ਕੀ ਆਖਣਾ, ਉਹਨਾਂ ਨੂੰ ਆਖਣਾ ਦਇਆ ਕਰੋ, ਕਿਰਪਾ ਕਰੋ ਅਤੇ ਰਾਏ ਬੁਲਾਰ ਜੀ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ, ਰਾਏ ਬੁਲਾਰ ਜੀ ਨੂੰ ਦਰਸ਼ਨ ਦਿਓ। ਕੱਚ ਕੇ ਆਖੋ ਵਾਹਿਗੁਰੂ। ਵੇਖ ਲਓ ਰਾਏ ਬੁਲਾਰ ਮੁਸਲਮਾਨ ਹੈ ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿੰਨਾ ਪਿਆਰ ਕੀਤਾ ਰਾਏ ਬੁਲਾਰ ਜੀ ਨੇ। ਇੰਝ ਨਹੀਂ ਕਹਿੰਦੇ ਜਾ ਕੇ ਆਖਣਾ, ਪਹਿਲਾਂ ਮੇਰੇ ਵੱਲੋਂ ਮੱਥਾ ਟੇਕਣਾ ਉਹਨਾਂ ਨੂੰ। ਰਾਏ ਬੁਲਾਰ ਬਜ਼ੁਰਗ ਹੈ ਅਤੇ ਗੁਰੂ ਨਾਨਕ ਸਾਹਿਬ ਜਵਾਨੀ ਦੀ ਅਵਸਥਾ ਵਿੱਚ ਨੇ ਜੀ। ਹਾਂਜੀ, ਉਮੀਦਾਂ ਗਾਇਓ ਬੇਗਬਾਨੀ ਅਲਾਈ। ਸੇਵਕ ਉਮੀਦਾਂ ਉਸੇ ਵੇਲੇ ਪਿਤਾ ਮਹਿਤਾ ਕਾਲੂ ਜੀ ਦੇ ਘਰ ਵਿੱਚ ਪਹੁੰਚਿਆ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਸਨ ਆਪਣੇ ਘਰ 'ਚ, ਅਤੇ ਰਾਤ ਦਾ ਸਮਾਂ ਸੀਗਾ ਜੀ। ਹਾਂਜੀ, ਤਪਾ ਜੀ ਤੁਮੈ ਬੰਦਗੀ ਰਾਏ ਗਾਈ। ਅਤੇ ਜਾ ਕੇ ਨਾ ਜੀ ਸੇਵਕ ਪਤਾ ਗੁਰੂ ਨਾਨਕ ਸਾਹਿਬ ਜੀ ਨੂੰ ਕੀ ਕਹਿਣ ਲੱਗਾ, ਕਹਿੰਦਾ ਮਹਾਰਾਜ ਤਪਾ ਜੀ ਰਾਏ ਬੁਲਾਰ ਵੱਲੋਂ ਤੁਹਾਨੂੰ ਮੱਥਾ ਟੇਕਦਾ। ਕਹਿੰਦਾ ਰਾਏ ਬੁਲਾਰ ਜੀ ਵੱਲੋਂ ਮੱਥਾ ਟੇਕਦਾ, ਤੁਹਾਨੂੰ ਤੁਹਾਡੇ ਚਰਨਾਂ 'ਚ ਨਮਸਕਾਰ ਕਰਦਾ। ਹਾਂਜੀ, ਇਕੰਬਾਰ ਐਕੈ ਦੀਦਾਰੰਗ ਦਈਜੈ। ਉਹ ਰਾਏ ਬੁਲਾਰ ਸਾਹਿਬ ਇਹ ਗੱਲ ਕਹਿ ਰਹੇ ਹੈ ਵੀ ਇੱਕ ਵਾਰ ਆ ਕੇ ਉਹਨਾਂ ਨੂੰ ਦਰਸ਼ਨ ਦਿਓ ਜਿੱਥੇ ਉਹ ਬੈਠੇ ਹੈ। ਹਾਂਜੀ, ਜੇ ਤੰਗ ਫੇਰ ਜਾਨੋ ਪਿਆਨੋ ਕਰੀ ਜੈ। ਮੇਰਾ ਕੰਮ ਸੀ ਬੇਨਤੀ ਕਰਨੀ, ਉਹ ਮੈਂ ਬੇਨਤੀ ਕਰ ਦਿੱਤੀ ਹੈ, ਕਿਰਪਾ ਕਰੋ ਅਤੇ ਰਾਏ ਬੁਲਾਰ ਜੀ ਨੂੰ ਆ ਕੇ ਦਰਸ਼ਨ ਦਿਓ। ਪਿਆਰਿਓ, ਰਾਏ ਬੁਲਾਰ ਜੀ ਬੜਾ ਹੀ ਪਿਆਰ ਕਰਦੇ ਹੈ। ਭਾਈ ਪਰਮਿੰਦਰ ਸਿੰਘ ਹੁਣੀ ਬੈਠੇ ਆ, ਉਦਣ ਅਸੀਂ ਇਹਨਾਂ ਨੂੰ ਮਿਲਣ ਗਏ ਅਤੇ ਇਹਨਾਂ ਕੋਲ ਨਾ ਅਹਿਮਦੀਏ ਆਏ ਹੋਏ ਸੀਗੇ ਜੀ। ਅਹਿਮਦੀਏ ਵਾਹਿਗੁਰੂ ਕਾਦੀਆਂ ਦੇ ਵਿੱਚ ਜਿਹੜਾ ਵੱਡਾ ਉਹਨਾਂ ਦਾ ਕੇਂਦਰ ਆ, ਉੱਥੋਂ ਦਾ ਮੁਖੀ ਆਇਆ ਹੋਇਆ ਸੀਗਾ ਜੀ। ਅਤੇ ਉਸ ਮੁਖੀ ਨੇ ਇੰਨਾ ਸਤਿਕਾਰ ਕੀਤਾ ਜੀ, ਔਰ ਉਹ ਮੁਖੀ ਦੱਸੇ ਜੀ ਮੁਸਲਮਾਨ ਅਹਿਮਦੀਏ, ਉਹ ਕਹਿੰਦੇ ਵੀ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਦਾ ਬਹੁਤ ਸਤਿਕਾਰ ਕਰਦੇ ਹਾਂ, ਬਹੁਤ ਸਤਿਕਾਰ ਕਰਦੇ ਹਾਂ। ਸੰਗਤ ਜੀ, ਜਿਨ੍ਹਾਂ ਦੇ ਅੰਦਰ ਭਾਵਨਾ ਬਣ ਜਾਂਦੀ ਹੈ, ਜਿਨ੍ਹਾਂ ਦੇ ਅੰਦਰ ਪਿਆਰ ਬਣ ਜਾਂਦਾ ਨਾ ਜੀ, ਉਹਨਾਂ ਦੇ ਅੰਦਰ ਆਪੇ ਪਿਆਰ ਬਾਹਰ ਆਈ ਜਾਂਦਾ ਜੀ। ਰਾਏ ਬੁਲਾਰ ਨੇ ਬੜੇ ਪਿਆਰ ਨਾਲ ਬੇਨਤੀ ਭੇਜੀ ਆਪਣੀ ਜੀ। ਹਾਂਜੀ, ਸਵਈਆ ਯੋ ਸੁਨ ਕਹਿ ਤਬ ਨਾਨਕ ਜੀ, ਤਜ ਆਸਨ ਕੋ ਤੇ ਸੰਗ ਪਧਾਰੇ। ਮਹਾਰਾਜ ਪਲੰਘੇ ਤੇ ਬੈਠੇ ਸਨ ਉਸ ਸਮੇਂ ਜਦੋਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਸੁਣਿਆ ਵੀ ਰਾਏ ਬੁਲਾਰ ਜੀ ਸੱਦ ਰਹੇ ਹੈ, ਗੁਰੂ ਨਾਨਕ ਸਾਹਿਬ ਸਭ ਕੁਝ ਛੱਡ ਕੇ ਅਤੇ ਰਾਏ ਬੁਲਾਰ ਜੀ ਦੇ ਕੋਲ ਜਾਣ ਚੱਲੇ ਜੀ। ਪਿਆਰਿਆਂ ਵਾਸਤੇ ਤਾਂ ਮਹਾਰਾਜ ਸਭ ਕੁਝ ਛੱਡ ਦਿੰਦੇ ਹੈ, ਕੋਈ ਪਿਆਰ ਤਾਂ ਕਰੇ ਮਹਾਰਾਜ ਨਾ। ਹਾਂਜੀ, ਰਾਏ ਹਿਰਦੈ ਸੁਖ ਸੋ ਬਿਗਸਾ, ਨਿਜ ਪ੍ਰੀਤਮ ਕੋ ਜਬ ਰੂਪ ਨਿਹਾਰੇ। ਮਹਾਰਾਜ ਸੱਚੇ ਪਾਤਸ਼ਾਹ ਪਹੁੰਚੇ ਅਤੇ ਰਾਏ ਬੁਲਾਰ ਨੇ ਆਪਣੇ ਪਿਆਰੇ ਪ੍ਰੀਤਮ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ, ਰਾਏ ਬੁਲਾਰ ਦਾ ਹਿਰਦਾ ਐਂ ਖਿੜ ਗਿਆ, ਰਾਏ ਬੁਲਾਰ ਜੀ ਖੁਸ਼ ਹੋ ਗਏ ਜੀ। ਹਾਂਜੀ, ਉਠਤ ਪਾ ਮੱਚ ਉੱਪਰ ਤੇ ਢਿੱਗ ਸ਼੍ਰੀ ਗੁਰ ਜਾਏ ਕੈ ਕੀਨ ਨਿਵਾਰੇ। ਰਾਏ ਬੁਲਾਰ ਜੀ ਮੰਜੇ 'ਤੇ ਬੈਠੇ ਸਨ, ਪਲੰਘੇ 'ਤੇ ਬੈਠੇ ਸਨ, ਅਤੇ ਰਾਏ ਬੁਲਾਰ ਜੀ ਨਾ ਜੀ ਉੱਠਣ ਲੱਗੇ ਜੀ ਵੀ ਮਹਾਰਾਜ ਆਏ ਹੈ ਅਤੇ ਮੈਂ ਉੱਠ ਕੇ ਸਤਿਕਾਰ ਕਰਾਂ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਵਿੱਚ ਇੰਨੀ ਫੁਰਦੀ ਵੀ ਇਹਦੇ ਤੋਂ ਪਹਿਲਾਂ ਰਾਏ ਬੁਲਾਰ ਉੱਠ ਕੇ ਸਤਿਕਾਰ ਕਰਨ, ਮਹਾਰਾਜ ਸੱਚੇ ਪਾਤਸ਼ਾਹ ਛੇਤੀ ਨਾਲ ਪਲੰਘੇ ਕੋ ਪਹੁੰਚ ਗਏ ਜੀ। ਕਿੰਨੀ ਫੁਰਤੀ ਕੀਤੀ ਜੀ ਮਹਾਰਾਜ ਨੇ, ਪਤਾ ਕਿਉਂ ਜੀ? ਰਾਏ ਬੁਲਾਰ ਬਜ਼ੁਰਗ ਹੈ ਜੀ, ਬਜ਼ੁਰਗ ਹੈ, ਅਤੇ ਰਾਏ ਬੁਲਾਰ ਨੂੰ ਖਿੱਚ ਲਾਉਣੀ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਏ ਉੱਠਣਾ ਇੱਕਦਮ, ਉਹਨਾਂ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਸਤਿਗੁਰੂ ਮਹਾਰਾਜ ਪਹੁੰਚ ਕੇ ਮਹਾਰਾਜ ਨੇ ਬਿਠਾ ਤਾ ਵੀ ਉੱਠਣਾ ਨਹੀਂ ਹੈ ਤੁਸੀਂ।
ਹਾਂਜੀ ਬੰਧਨ ਕੀਨ ਅਧੀਨ ਪਇਓ ਮੁਖ ਭਾਖ ਬਿਨੈ ਨਿਜ ਊਚ ਬਿਠਾਰੇ ਮੱਥਾ ਟੇਕਿਆ ਰਾਏ ਬੁਲਾਰ ਨੇ ਫਿਰ ਵੀ ਮਹਾਰਾਜ ਨੇ ਰਾਏ ਬੁਲਾਰ ਜੀ ਨੂੰ ਨਮਸਕਾਰ ਕੀਤੀ ਅਤੇ ਰਾਏ ਬੁਲਾਰ ਜੀ ਨੇ ਨਾ ਜੀ ਆਪਣੇ ਲਾਗੇ ਸਰਾਣੇ ਵਾਲੇ ਪਾਸੇ ਗੁਰੂ ਜੀ ਨੂੰ ਬਿਠਾਇਆ ਜੀ ਗੱਜ ਕੇ ਆਖੋ ਵਾਹਿਗੁਰੂ ਵੱਡਿਆਂ ਦਾ ਸਤਿਕਾਰ ਜਿਹੜੇ ਵੱਡੇ ਹੁੰਦੇ ਆ ਨਾ ਜੀ ਉਹਨਾਂ ਨੂੰ ਪਲੰਘੇ ਅਤੇ ਕਦੀ ਪੈਰਾਂ ਵਾਲੇ ਪਾਸੇ ਨਹੀਂ ਬਿਠਾਈਦਾ ਉਹਨਾਂ ਨੂੰ ਸਰਾਣੇ ਵਾਲੇ ਪਾਸੇ ਬਿਠਾਈਦਾ ਜੀ ਵੱਡਿਆਂ ਦਾ ਸਤਿਕਾਰ ਕਰੀਦਾ ਸਰਾਣੇ ਵਾਲੇ ਪਾਸੇ ਬਿਠਾਈਦਾ ਅਤੇ ਰਾਏ ਬੁਲਾਰ ਜੀ ਉਮਰ 'ਚ ਤਾਂ ਰਾਏ ਬੁਲਾਰ ਵੱਡੇ ਆ ਪਰ ਰਾਏ ਬੁਲਾਰ ਜੀ ਨੇ ਨਾ ਜੀ ਸਰਾਣੇ ਵਾਲਾ ਜਿਹੜਾ ਪਾਸਾ ਸੀ ਉੱਧਰ ਗੁਰੂ ਨਾਨਕ ਸਾਹਿਬ ਨੂੰ ਬਿਠਾਇਆ ਆਪ ਪੈਂਦ ਵਾਲੇ ਪਾਸੇ ਬੈਠੇ ਜੀ ਹਾਂਜੀ ਮੋਤੇ ਨਾ ਸੇਵ ਪਈ ਤੁਮਰੀ ਕਾਸ਼ੀਆਂ ਤੇਰੇ ਦਾ ਥਿਰ ਤੇ ਨਹਿ ਪਾਵੇ ਗੱਲ ਕਰਨ ਦਾ ਤਰੀਕਾ ਵੇਖੋ ਗੱਜ ਕੇ ਆਖੋ ਵਾਹ ਮਹਾਰਾਜ ਦੇ ਮਾਤਾ ਪਿਤਾ ਵੀ ਸਾਹਮਣੇ ਹੀ ਹੈ ਪਰ ਰਾਏ ਬੁਲਾਰ ਜੀ ਦਾ ਗੱਲ ਕਰਨ ਦਾ ਤਰੀਕਾ ਵੇਖੋ ਕਹਿੰਦੇ ਮਹਾਰਾਜ ਮੈਂ ਨਾ ਤੁਹਾਡੀ ਸੇਵਾ ਨਹੀਂ ਕੋਈ ਕਰ ਸਕਿਆ ਵੇਖ ਲਓ ਇੰਨੀ ਸੇਵਾ ਕੀਤੀ ਪਰ ਸੇਵਾ ਕਰਨ ਵਾਲੇ ਅੰਦਰ ਇੰਨੀ ਨਿਰਮਾਣਤਾ ਚਾਹੀਦੀ ਹੈ ਇੰਨੀ ਨਿਮਰਤਾ ਚਾਹੀਦੀ ਹੈ ਪਤਾ ਰਾਏ ਬੁਲਾਰ ਜੀ ਕੀ ਕਹਿੰਦੇ ਕਹਿੰਦੇ ਮਹਾਰਾਜ ਮੈਂ ਤੁਹਾਡੀ ਸੇਵਾ ਨਹੀਂ ਕਰ ਸਕਿਆ ਸੱਚੇ ਪਾਤਸ਼ਾਹ ਹਾਂਜੀ ਇਹਾਂ ਰਹੋ ਤਬ ਹੇਰਤ ਹੋ ਪੱਗ ਸ਼੍ਰੋਣ ਸੁਨੋ ਬਚ ਹੀ ਐ ਹੁਲ ਸਾਵੈ ਪਤਾ ਤੇ ਮਹਾਰਾਜ ਨੂੰ ਵੀ ਹੈ ਵੀ ਰਾਏ ਬੁਲਾਰ ਜੀ ਸਾਨੂੰ ਮਾਤਾ ਪਿਤਾ ਦੇ ਕਹਿਣ 'ਤੇ ਰੋਕਣਾ ਚਾਹੁੰਦੇ ਹੈ ਪਰ ਰੋਕ ਨਹੀਂ ਸਕਦੇ ਰਾਏ ਬੁਲਾਰ ਜੀ ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਤਲਵੰਡੀ 'ਚ ਹੀ ਰਹੋ ਮਹਾਰਾਜ ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ ਸੱਚੇ ਪਾਤਸ਼ਾਹ ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ ਮਹਾਰਾਜ ਤੁਸੀਂ ਕਿਤੇ ਨਾ ਜਾਓ ਤੁਸੀਂ ਤਲਵੰਡੀ ਵਿੱਚ ਰਹੋ ਇੱਥੇ ਹਾਂਜੀ ਹੇ ਜਗ ਨਾਇਕ ਹੇ ਗਤ ਦਾਇਕ ਹੋ ਸਭ ਲਾਇਕ ਪ੍ਰੋਖ ਰਹਾਵੈ ਤੇ ਬਾਕੀ ਕਹਿ ਵੀ ਦਿੱਤਾ ਮਹਾਰਾਜ ਤੁਹਾਡੇ ਤੋਂ ਕੋਈ ਗੱਲ ਲੁਕੀ ਛਿਪੀ ਨਹੀਂ ਹੈਗੀ ਮਹਾਰਾਜ ਵੀ ਮੈਂ ਕਿਉਂ ਕਹਿੰਦਿਆਂ ਮਹਾਰਾਜ ਤੁਹਾਡੇ ਤੋਂ ਲੁਕੀ ਛਿਪੀ ਗੱਲ ਨਹੀਂ ਹੈਗੀ ਮੈਂ ਤੇ ਬੇਨਤੀ ਕਰ ਸਕਦਾ ਮਹਾਰਾਜ ਤੁਸੀਂ ਇੱਥੇ ਰਹੋ ਹਾਂਜੀ ਪੂਰਨ ਰੂਪ ਪਰਮਾਤਮ ਪਾਵਨ ਸ਼੍ਰੀ ਪਰਮੇਸ਼ਰ ਮੋਦਰ ਸਾਵੈ ਮਹਾਰਾਜ ਮੈਨੂੰ ਤੇ ਤੁਸੀਂ ਖੁਦਾ ਹੀ ਵੇਖਦੇ ਹੋ ਮੈਨੂੰ ਤੇ ਤੁਸੀਂ ਖੁਦਾ ਤੁਹਾਡੇ 'ਚੋਂ ਮੈਨੂੰ ਖੁਦਾ ਦੇ ਦਰਸ਼ਨ ਹੁੰਦੇ ਹੈ ਮੈਂ ਤੁਹਾਨੂੰ ਕੀ ਕੁਝ ਕਹਿ ਸਕਦਾ ਮੈਂ ਤੇ ਇਹੋ ਬੇਨਤੀ ਕਰ ਸਕਦਾ ਮਹਾਰਾਜ ਇੱਥੇ ਰਹੋ ਮੈਂ ਤੁਹਾਡੀ ਸੇਵਾ ਕਰਨੀ ਹੈ ਗੱਜ ਕੇ ਆਖੋ ਵਾਹਿਗੁਰੂ ਜਿਹੜਾ ਬੰਦਾ ਪ੍ਰੇਮੀ ਹੁੰਦਾ ਨਾ ਜੀ ਉਹ ਸੇਵਾ ਕਰ ਸਕਦਾ ਦੂਜਾ ਨਹੀਂ ਸੇਵਾ ਕਰ ਸਕਦਾ ਜੀ ਸ਼੍ਰੀ ਗੁਰ ਆਨਨ ਬੈਨ ਪਨੇ ਜਿਵ ਸ਼ਾਹੇ ਸਰੀਰ ਤਾਇਓ ਸੰਗ ਹਮਾਰੇ ਮਹਾਰਾਜ ਨੇ ਬਚਨ ਕੀਤੇ ਜੀ ਹੁਣ ਇਹ ਬਚਨ ਬੜੇ ਧਿਆਨ ਨਾਲ ਸੁਣਨ ਵਾਲੇ ਅਤੇ ਚੇਤੇ ਰੱਖਣ ਵਾਲੇ ਹੈ ਕੋਈ ਕਿਸੇ ਵੀ ਧਰਮ ਵਿੱਚ ਹੋਵੇ ਇੱਥੇ ਗੱਲ ਧਰਮ ਦੀ ਨਹੀਂ ਗੱਲ ਪਿਆਰ ਦੀ ਹੈ ਮਹਾਰਾਜ ਕਹਿੰਦੇ ਰਾਏ ਜੀ ਤੁਸੀਂ ਸਾਡੇ ਨਾਲ ਅਤੇ ਅਸੀਂ ਤੁਹਾਡੇ ਨਾਲ ਇੰਝ ਰਹਿੰਦੇ ਹਾਂ ਜਿਵੇਂ ਕਿਸੇ ਬੰਦੇ ਦਾ ਪਰਛਾਵਾਂ ਹੋਵੇ ਮਹਾਰਾਜ ਕਹਿੰਦੇ ਤੁਸੀਂ ਸਾਡੇ ਪਰਛਾਵੇਂ ਹੋ ਅਤੇ ਅਸੀਂ ਤੁਹਾਡੇ ਪਰਛਾਵੇਂ ਹਾਂ ਕਿੱਡਾ ਪਿਆਰ ਮਹਾਰਾਜ ਨੇ ਕੀਤਾ ਜੀ ਰਾਏ ਬੁਲਾਰ ਜੀ ਨੂੰ ਨੀਤ ਰਹੋ ਥਿਰ ਚੀਤ ਕਰੋ ਔਰ ਪ੍ਰੀਤ ਭਰਾ ਸ਼ਰਧਾ ਸੋ ਤੁਮਹਾਰੇ ਨੀਤ ਰਹੋ ਥਿਰ ਚੀਤ ਕਰੋ ਔਰ ਪ੍ਰੀਤ ਭਰਾ ਸ਼ਰਧਾ ਸੋ ਤੁਮਹਾਰੇ ਮਹਾਰਾਜ ਕਹਿੰਦੇ ਚਿੱਤ ਨੂੰ ਡਲਾਓ ਨਾ ਰਾਏ ਜੀ ਅਸੀਂ ਤੁਹਾਡੇ ਤੋਂ ਕਦੀ ਦੂਰ ਨਹੀਂ ਹੋਏ ਅਸੀਂ ਤੁਹਾਡੇ ਨਾਲ ਹੀ ਹਾਂ ਸਦਾ ਮਹਾਰਾਜ ਕਹਿੰਦੇ ਬਸ ਸ਼ਰਧਾ ਰੱਖਿਓ ਸੰਗਤ ਜੀ ਬੜੇ ਸਿੱਖ ਐਸੇ ਹੋਏ ਹੈ ਜਿਨ੍ਹਾਂ ਦੇ ਨਾਲ ਗੁਰੂ ਸਾਹਿਬ ਰਹੇ ਜੀ ਨਾਲ ਰਹੇ ਜੀ ਕਮਾਈ ਕੀਤੀ ਗੁਰਮੁਖ ਪਿਆਰੇ ਕਥਨੀ ਕਰਨੀ ਵਿੱਚ ਪੂਰੇ ਜਿਹੜੇ ਸਨ ਸਾਧ ਸੰਗਤ ਜੀ ਉਹਨਾਂ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਰਹਿੰਦੇ ਰਹੇ ਹੈ ਜਦੋਂ ਅੰਦਰ ਹੀ ਵੱਸ ਗਏ ਜੀ ਤਾਂ ਫਿਰ ਨਾਲ ਹੀ ਹੈ ਜੀ ਭਾਈ ਰਣਧੀਰ ਸਿੰਘ ਜੀ ਦੇ ਨਾਲ ਸਾਧ ਸੰਗਤ ਜੀ ਉਹਨਾਂ ਦਾ ਅਕੀਦਾ ਸੀ ਵੀ ਦਸਵੇਂ ਪਾਤਸ਼ਾਹ ਮੇਰੇ ਨਾਲ ਨੇ ਜੀ ਜੇਲੇ ਪਾਇਆ ਜੀ ਉਹਨਾਂ ਨੂੰ ਕੈਦ ਕੀਤਾ ਇਕੱਲਿਆਂ ਰੱਖਿਆ ਸਜ਼ਾ ਸੀਗੀ ਅਤੇ ਜਿਹੜਾ ਜੇਲਰ ਸੀ ਨਾ ਜੀ ਉਹ ਹੈਰਾਨ ਹੋਇਆ ਜੀ
ਕਈ ਦਿਨ ਬਿਨਾਂ ਕੁਝ ਖਾਧੇ ਪੀਤੇ ਭਾਈ ਸਾਹਿਬ ਦਾ ਚਿਹਰਾ ਖਿੜਿਆ ਪਿਆ ਜੀ। ਉਹ ਕਹਿੰਦਾ ਵੀ ਇੱਥੇ ਬੰਦੇ ਨੂੰ ਇਕੱਲਿਆਂ ਰੱਖੀਏ, ਮੁਰਝਾ ਜਾਂਦਾ, ਬੁਰੇ ਹਾਲ ਹੁੰਦੇ, ਤੁਸੀਂ ਖਿੜੇ ਪਏ ਹੋ। ਉਹ ਕਹਿੰਦੇ ਮੈਂ ਅਸਲ ਵਿੱਚ ਇਹੋ ਤੇ ਕਾਰਨ ਹੈ, ਜੇਲਰ ਨੂੰ ਆਖਿਆ ਭਾਈ ਮੈਂ ਇਕੱਲਾ ਹੈ ਹੀ ਨਹੀਂ, ਕਹਿੰਦੇ ਮੈਂ ਇਕੱਲਾ ਨਹੀਂ ਹੈਗਾ, ਮੇਰੇ ਨਾਲ ਮੇਰੇ ਗੁਰੂ ਜੀ ਹਨ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜੇਲਰ ਈਸਾਈ ਸੀਗਾ, ਕਹਿੰਦਾ ਅੱਛਾ ਤੁਹਾਡੇ ਗੁਰੂ ਜੀ ਤੁਹਾਡੇ ਨਾਲ ਰਹਿੰਦੇ ਆ? ਉਹ ਕਹਿੰਦੇ ਹਾਂ, ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਡੇ ਨਾਲ ਰਹਿੰਦੇ ਆ। ਉਹ ਕਹਿੰਦਾ ਮੈਂ ਵੀ ਵੇਖਣਾ ਵੀ ਸਾਡੇ ਜੀਜਸ ਸਾਡੇ ਨਾਲ ਰਹਿੰਦੇ ਹੈ ਕਿ ਨਹੀਂ ਰਹਿੰਦੇ। ਉਹ ਕਹਿੰਦਾ ਮੈਂ ਵੀ ਇਕੱਲੇ ਰਹਿ ਕੇ ਵੇਖਣਾ। ਭਾਈ ਸਾਹਿਬ ਕਹਿੰਦੇ ਰਹਿਣ ਦਿਓ, ਤੁਹਾਡੇ ਕੋਈ ਇਹ ਕੰਮ ਨਹੀਂ ਹੋਣਾ। ਕਹਿੰਦਾ ਮੈਂ ਰਹਿ ਕੇ ਵੇਖਣਾ। ਉਹ ਸੰਗਤ ਜੀ ਜਦੋਂ ਗਿਆ ਅਤੇ ਅਜੇ ਇੱਕ ਦਿਨ ਵੀ ਨਹੀਂ ਹੋਇਆ ਅਤੇ ਅੰਦਰੋਂ ਬੈਲਾਂ ਮਾਰੇ ਵੀ ਮੈਨੂੰ ਕੱਢੋ, ਇਕੱਲਿਆਂ ਜੀ ਨਹੀਂ ਲੱਗਦਾ ਜੀ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ। ਪਿਆਰ ਵਾਲਿਆਂ ਦੇ ਨਾਲ ਹੀ ਗੁਰੂ ਸਾਹਿਬ ਰਹਿੰਦੇ। ਜਿਸ ਭਾਈ ਸੰਤੋਖ ਸਿੰਘ ਜੀ ਦੀ ਨਿੰਦਾ ਕਰਦੇ ਨਾ ਮੂਰਖ ਲੋਕ, ਭਾਈ ਸੰਤੋਖ ਸਿੰਘ ਜੀ ਦੀ ਅੰਤਮ ਅਵਸਥਾ ਪਤਾ ਕੀ ਸੀ? ਭਾਈ ਸੰਤੋਖ ਸਿੰਘ ਕਹਿੰਦੇ ਸੀ, ਸਿੰਘੋ ਜਦੋਂ ਮੈਂ ਤੁਰਦਾ ਹੈ ਨਾ, ਮੈਨੂੰ ਇਉਂ ਲੱਗਦਾ ਅੱਗੇ ਅੱਗੇ ਘੋੜਾ ਜਾਂਦੇ ਆ, ਪਿੱਛੇ ਪਿੱਛੇ ਬਾਜ ਆਉਂਦੇ ਆ। ਕਿਹਦੀਆਂ ਨਿਸ਼ਾਨੀਆਂ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ। ਮਹਾਰਾਜ ਰਾਏ ਬੁਲਾਰ ਜੀ ਨੂੰ ਕਹਿੰਦੇ, ਰਾਏ ਬੁਲਾਰ ਜੀ ਤੁਹਾਡਾ ਸਾਡੇ ਨਾਲ ਪਿਆਰ ਹੈ, ਅਸੀਂ ਤੁਹਾਡੇ ਕੋਲ ਹੀ ਹਾਂ। ਮਹਾਰਾਜ ਕਹਿੰਦੇ ਹਾਂਜੀ। ਇੱਕ ਸਪੈ ਫਰਮਾਇਸ਼ ਆਇਸ ਜਾ ਸਮ ਕੋਏ ਨਾ ਆਨ ਉਦਾਰੇ, ਹੱਥ ਨਾ ਮੈਂ ਇਹ ਠਾਂ ਰਹਿਨੋ ਕਰਤਾਰ ਅਧੀਨ ਲਹੋ ਬਿਦ ਸਾਰੇ। ਬਾਕੀ ਮਹਾਰਾਜ ਕਹਿੰਦੇ ਤੁਸੀਂ ਸਾਨੂੰ ਜਾਣ ਤੋਂ ਰੋਕ ਨਹੀਂ ਸਕਦੇ। ਅਤੇ ਮਹਾਰਾਜ ਕਹਿੰਦੇ ਰਾਏ ਜੀ ਤੁਸੀਂ ਸਾਨੂੰ ਕੀ ਰੋਕਣਾ, ਸਾਡਾ ਜਾਣਾ ਸਾਡਾ ਰਹਿਣਾ। ਮਹਾਰਾਜ ਕਹਿੰਦੇ ਸਾਡੇ ਹੱਥ ਵੀ ਨਹੀਂ ਹੈਗਾ। ਮਹਾਰਾਜ ਕਹਿੰਦੇ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਇੱਥੇ ਰਹਿਣਾ ਸਾਡੇ ਵੱਸ ਨਹੀਂ ਹੈਗਾ, ਸਾਡੇ ਹੱਥ ਨਹੀਂ ਹੈਗਾ। ਮਹਾਰਾਜ ਕਹਿੰਦੇ ਸਾਰਾ ਕੁਛ ਕਰਤਾ ਪੁਰਖ ਦੇ ਅਧੀਨ ਹੈਗਾ, ਕਰਤਾ ਪੁਰਖ ਦੇ ਅਧੀਨ ਹੈਗਾ। ਅਤੇ ਵੇਖ ਲਓ ਸਾਧ ਸੰਗਤ ਜੀ, ਬੰਦਾ ਚੋਟੀ ਦਾ ਜ਼ੋਰ ਲਾਉਂਦਾ ਵੀ ਮੈਂ ਇੱਥੇ ਨਹੀਂ ਰਹਿਣਾ, ਇੱਥੇ ਰਹਿਣਾ, ਉੱਥੇ ਨਹੀਂ ਇੱਥੇ ਰਹਿਣਾ। ਮਹਾਰਾਜ ਕਹਿੰਦੇ ਸਾਡੇ ਹੱਥ ਹੀ ਕੁਝ ਨਹੀਂ ਹੈਗਾ। ਹਾਂਜੀ। ਰਾਏ ਬੁਲਾਰ ਆਨੰਦ ਮੈਂ ਹੋ ਕਰ ਬੰਧਨ ਕੀਨ ਪਦੰਗ ਅਰ ਬਿੰਦੂ। ਜਦੋਂ ਮਹਾਰਾਜ ਨੇ ਰਾਏ ਬੁਲਾਰ ਜੀ ਨੂੰ ਕਿਹਾ ਵੀ ਅਸੀਂ ਤੇਰੇ ਨਾਲ ਹੀ ਹਾਂ, ਅਤੇ ਰਾਏ ਬੁਲਾਰ ਨਿਹਾਲ ਹੋ ਗਿਆ ਅਤੇ ਰਾਏ ਬੁਲਾਰ ਨੇ ਉੱਠ ਕੇ ਸਾਰਿਆਂ ਦੇ ਸਾਹਮਣੇ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ। ਆਪਾਂ ਕਿਉਂ ਪਿੱਛੇ ਰਹਿ ਜਾਈਏ? ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਵੀ ਮਹਾਰਾਜ ਨੇ ਤੇ ਮੇਰੇ 'ਤੇ ਬੜੀ ਕਿਰਪਾ ਕੀਤੀ ਹੈ। ਹਾਂਜੀ। ਛੂਟ ਗਏ ਭਾਵ ਬੰਧਨ ਜਾਸ ਕੇ ਮਤ ਪਏ ਉਮਰ ਕੰਧ ਮਿਲੰਦੂ। ਬਸ ਉਹਨਾਂ ਦੇ ਤੇ ਬੰਧਨ ਛੁੱਟੇ ਪਏ ਸੀਗੇ ਜੀ, ਬੰਧਨ ਛੁੱਟੇ ਪਏ ਸੀ। ਮਨ ਮਹਾਰਾਜ ਦੇ ਪਿਆਰ 'ਚ ਹੋਰ ਲੀਨ ਹੋ ਗਿਆ ਵੀ ਮਹਾਰਾਜ ਨੇ ਮੈਨੂੰ ਕਹਿਤਾ ਮੈਂ ਤੇਰੇ ਨਾਲ ਹੀ ਹਾਂ ਸਦਾ। ਲੇਰਾ ਸਤੂਸ਼ਨ ਹੋਏ ਰਹਿਓ ਨਿਜ ਰੂਪ ਜੋ ਆਦਰੇ ਦਾ ਸੁਧ ਬਿੰਦੂ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਨਿਹਾਲ ਕਰ ਦਿੱਤਾ ਰਾਏ ਬੁਲਾਰ ਜੀ ਨੂੰ। ਕਰੁਣਾ ਬਹੋ ਕੀਨ ਨਿਹਾਲ ਕਰਿਓ ਜਿਹ ਕੇ ਸਮ ਈਠ ਨਾ ਹੈ ਬਿਬ ਕੋਈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਰਾਬਰ ਇਸ ਜਗਤ ਤੇ ਕੋਈ ਨਹੀਂ ਹੈ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਰਾਏ ਬੁਲਾਰ ਜੀ ਨੂੰ ਮੁੜ ਬੋਲਣ ਜੋਗੇ ਨਹੀਂ ਛੱਡਿਆ ਮਹਾਰਾਜ ਨੇ। ਮਾਤਾ ਪਿਤਾ ਨੇ ਪੂਰਾ ਕਿਹਾ ਸੀ ਰੋਕ ਲਿਓ, ਅੱਜ ਦੀ ਰਾਤ ਹੈਗੀ, ਮੁੜ ਕਿਵੇਂ ਰੋਕਾਂਗੇ। ਰਾਏ ਬੁਲਾਰ ਜੀ ਬੋਲ ਹੀ ਨਾ ਸਕੇ ਜੀ ਬਾਅਦ 'ਚੋਂ ਜੀ। ਮਹਾਂਪੁਰਖਾਂ ਦਾ ਪ੍ਰਤਾਪ ਬੜਾ ਹੁੰਦਾ ਹੈ, ਭਜਨ ਬੰਦਗੀ ਵਾਲਿਆਂ ਦਾ ਪ੍ਰਤਾਪ ਬੜਾ ਹੁੰਦਾ ਹੈ। ਉਹਨਾਂ ਦੇ ਅੱਗੇ ਬੋਲਣਾ ਸੌਖਾ ਕੰਮ ਨਹੀਂ ਹੁੰਦਾ ਸਾਧ ਸੰਗਤ ਜੀ। ਰਾਏ ਜੀ ਪਿੱਛੋਂ ਬੋਲ ਹੀ ਨਾ ਸਕੇ ਜੀ,
ਕੋਈ ਗੱਲ ਨਾ ਕੀਤੀ ਰਾਏ ਜੀ ਨੇ ਅਤੇ ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨ ਦੇ ਕੇ ਅਤੇ ਰਾਏ ਬੁਲਾਰ ਜੀ ਤੋਂ ਵਿਦਾ ਲੈ ਕੇ ਮਹਾਰਾਜ ਆਪਣੇ ਘਰ ਵਿੱਚ ਆ ਗਏ ਸੱਚੇ ਪਾਤਸ਼ਾਹ। ਹਾਂਜੀ, ਦੋਹਰਾ ਕਾਲੂ ਲਾਲੂ ਰਾਏ ਨੇ ਸਮਝਾਏ ਬਹੁ ਭਾਂਤ, ਸ਼੍ਰੀ ਨਾਨਕ ਪੂਰਨ ਪੁਰਖ ਪਰਮੇਸ਼ਰ ਬਖਿਆਤ। ਹੁਣ ਮਹਾਰਾਜ ਤੇ ਚਲੇ ਗਏ ਅਤੇ ਸਤਿਗੁਰੂ ਜੀ ਦੇ ਪਿਤਾ ਜੀ ਅਤੇ ਮਹਾਰਾਜ ਦੇ ਚਾਚਾ ਜੀ ਰਾਏ ਬੁਲਾਰ ਰਾਜੇ ਨੂੰ ਕਹਿੰਦੇ ਵੀ ਤੁਸੀਂ ਰੋਕਿਆ ਕਿਉਂ ਨਹੀਂ ਸਾਨੂੰ? ਕਹਿੰਦੇ ਸੀ ਮੈਂ ਨਹੀਂ ਜਾਣ ਦਿਆਂਗਾ, ਉਹਨਾਂ ਅੱਗੇ ਤੁਸੀਂ ਚੁੱਪ ਹੀ ਹੋ ਜਾਂਦੇ ਹੋ। ਅਤੇ ਰਾਜਾ ਕਹਿਣ ਲੱਗਾ ਰਾਏ ਬੁਲਾਰ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਨੂੰ, ਭਾਈ ਤੁਸੀਂ ਮੇਰੀ ਗੱਲ ਸਮਝੋ, ਤੁਹਾਡੇ ਘਰ ਰੱਬ ਨੇ ਅਵਤਾਰ ਧਾਰਿਆ, ਤੁਹਾਡਾ ਬੱਚਾ ਆਮ ਨਹੀਂ ਹੈਗਾ। ਹਾਂਜੀ, ਪੁੰਨ ਵੱਡੇ ਪੂਰਬ ਜਨਮ ਕੀਨੇ ਤੁਮਨੇ ਕੋਏ, ਤੁਸੀਂ ਜ਼ਰੂਰ ਪਿਛਲੇ ਜਨਮ ਵਿੱਚ ਕੋਈ ਬੜੇ ਵੱਡੇ ਪੁੰਨ ਕੀਤੇ ਹੈ, ਕੋਈ ਬਹੁਤ ਚੰਗੇ ਕਰਮ ਕੀਤੇ ਤੁਸੀਂ ਪਿਛਲੇ ਜਨਮਾਂ ਵਿੱਚ। ਜਿਸ ਫਲ ਤੇ ਅਸ ਸੁੱਤ ਪਇਓ ਸਹਿਜੇ ਸ਼ੁਭ ਗਤ ਹੋਏ, ਜਿਹਦਾ ਫਲ ਤੁਹਾਨੂੰ ਪੁੰਨਾਂ ਦਾ ਇਹ ਮਿਲਿਆ ਹੈ, ਤੁਹਾਡੇ ਘਰ ਵਿੱਚ ਐਸੇ ਮਹਾਨ ਪੁੱਤਰ ਦਾ ਜਨਮ ਹੋਇਆ ਹੈ, ਖੁਦ ਪਰਮੇਸ਼ਰ ਜੀ ਦਾ ਰੂਪ ਨੇ ਤੁਹਾਡੇ ਪੁੱਤਰ ਜੀ। ਹਾਂਜੀ, ਧੰਨ ਧੰਨ ਪੁੰਨ ਧੰਨ ਤੁਮ ਕੁੱਲ ਉਧਾਰ ਸਭ ਕੀ। ਮੈਂ ਤਾਂ ਕਾਲੂ, ਤੂੰ ਵੀ ਧੰਨ, ਤੁਹਾਡੀ ਕੁੱਲ ਧੰਨ, ਤੁਹਾਡੇ ਤੇ ਅਗਲੇ ਪਿਛਲੇ ਸਾਰੇ ਹੀ ਧੰਨ ਹੋ ਗਏ, ਤੁਹਾਡੇ ਘਰ ਚ ਪਰਮੇਸ਼ਰ ਜੀ ਆਏ ਹੈ। ਹਿਰਦੈ ਨਾ ਭਰਮੋ ਤਨਿਕ ਭਰ ਭੈ ਜਗ ਬੰਧਨ ਹੀਨ, ਜੇ ਇਹਨਾਂ ਨੇ ਜਾਣਾ ਤੇ ਜਾਣਾ ਹੀ ਹੈ, ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ, ਤੁਸੀਂ ਆਪਣੇ ਹਿਰਦੇ ਚ ਚਿੰਤਾ ਨਾ ਕਰੋ, ਇਹਨਾਂ ਨੂੰ ਸਤ ਬਚਨ ਕਰੀ ਚੱਲੋ, ਜਿੱਥੇ ਜਾਣਾ ਜਾਣ ਦਿਓ, ਇਹਨਾਂ ਨੂੰ ਰੋਕਿਓ ਨਾ। ਹਾਂਜੀ, ਸੋਰਠਾ ਚਿੱਤ ਕੀ ਚਿੰਤ ਬਿਦਾਰ ਕਰੋ ਕਾਜ ਨਿਜ ਸਦਨ ਕੋ, ਕਹਿੰਦੇ ਆਪਣੇ ਚਿੰਤਾ ਛੱਡੋ ਅਤੇ ਰਾਏ ਬੁਲਾਰ ਜੀ ਮਹਿਤਾ ਕਾਲੂ ਜੀ ਨੂੰ ਕਹਿੰਦੇ ਜਿਹੜਾ ਕੰਮ ਮਿਲਿਆ ਉਹ ਕਰੋ, ਇਹਨਾਂ ਨੇ ਤੁਹਾਡੇ ਘਰ ਨਹੀਂ ਰਹਿਣਾ। ਹਾਂਜੀ, ਲਖਹੋ ਸਤ ਅਵਤਾਰ ਤੇ ਰਾਖਣ ਕਿਹ ਕਰ ਕਹੀ, ਇਹ ਘਰ 'ਚ ਰੱਖਣ ਵਾਲੇ ਨਹੀਂ ਹੈਗੇ, ਇਹ ਰੱਬ ਦੇ ਅਵਤਾਰ ਨੇ, ਦੁਨੀਆਂ ਨੂੰ ਤਾਰਨ ਵਾਸਤੇ ਆਏ ਹੈ, ਮੇਰੀ ਮੰਨੋ, ਘਰ ਜਾਓ, ਆਰਾਮ ਨਾਲ ਸੁੱਖ ਲਓ, ਦਿਨੇ ਆਪਣੇ ਕੰਮ ਕਾਰ ਕਰਿਓ, ਆਪਣੇ ਪੁੱਤਰ ਦੀ ਚਿੰਤਾ ਨਾ ਕਰੋ। ਹਾਂਜੀ, ਸਵਈਆ ਤੀਰਤਰੀ ਸੁਣ ਆਏ ਗਏ ਘਰ ਭੋਜਨ ਕੇ ਹਿਤ ਮਾਤ ਬੁਲਾਵੇ, ਥੋੜ੍ਹਾ ਬਹੁਤਾ ਧੀਰ ਧਾਰਿਆ ਅਤੇ ਮਾਤਾ ਤ੍ਰਿਪਤਾ ਜੀ ਨੇ ਘਰ ਆ ਕੇ ਪ੍ਰਸ਼ਾਦਾ ਤਿਆਰ ਕੀਤਾ ਜੀ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪ੍ਰਸ਼ਾਦੇ 'ਤੇ ਸੱਦਿਆ, ਮਹਾਰਾਜ ਪ੍ਰਸ਼ਾਦਾ ਛਕੋ। ਹਾਂਜੀ, ਆਵੋ ਹੋ ਤਾਤ ਅਚੋ ਉੱਠ ਕੇ ਗਮਨੇ ਢਿੱਗ ਮਾਤ ਆਹਾਰ ਕੋ ਖਾਵੇ, ਪੁੱਤਰ ਜੀ ਆਓ ਭੋਜਨ ਛਕ ਲਓ। ਮਹਾਰਾਜ ਕਿਰਪਾਲੂ ਸੱਚੇ ਪਾਤਸ਼ਾਹ ਉੱਠੇ ਅਤੇ ਮਾਤਾ ਜੀ ਦੇ ਕੋਲ ਬੈਠ ਗਏ ਜੀ। ਹਾਂਜੀ, ਹੀਰਤ ਹੈ ਕਮਲਾਨਨ ਕੋ ਸੁਖ ਪਾਏ ਰਿਦੇ ਜਨਨੀ ਬਲ ਜਾਵੇ, ਮਾਤਾ ਜੀ ਮਹਾਰਾਜ ਦੇ ਦਰਸ਼ਨ ਕਰਕੇ ਬਲਿਹਾਰ ਜਾਂਦੇ ਹੈ ਅਤੇ ਮਾਤਾ ਜੀ ਨੂੰ ਖਬਰ ਵੀ ਪੱਕੀ ਮਿਲੀ ਵੀ ਸਵੇਰੇ ਇਹਨਾਂ ਚਲੇ ਜਾਣਾ ਇੱਥੋਂ। ਹਾਂਜੀ, ਤਾਤ ਨਾ ਜੋਰ ਹਮਾਰ ਚੱਲੇ ਕੁਛ ਆਪ ਕਰੋ ਬਿਦ ਜਿਉਂ ਮਨ ਭਾਵੇ, ਮਹਾਰਾਜ ਨੇ ਮਾਇਆ ਫੇਰਤੀ ਅਤੇ ਮਾਤਾ ਜੀ ਆਪੇ ਕਹਿੰਦੇ ਕਹਿੰਦੇ ਪੁੱਤਰ ਜੀ ਤੁਹਾਡੇ ਅੱਗੇ ਸਾਡਾ ਜ਼ੋਰ ਕੋਈ ਨਹੀਂ, ਜਿੱਥੇ ਜਾਣਾ ਜਾਓ, ਕਹਿੰਦੇ ਜਿੱਥੇ ਜਾਣਾ ਜਾਓ, ਅਸੀਂ ਨਹੀਂ ਤੁਹਾਨੂੰ ਰੋਕਾਂਗੇ। ਹਾਂਜੀ, ਦੋਹਰਾ ਕਿਰਪਾ ਦ੍ਰਿਸ਼ਟ ਕਰ ਬਚਨ ਸ਼ੁਭ ਕਹਿ ਕੇ ਹਨ ਅਗਿਆਨ, ਮਹਾਰਾਜ ਨੇ ਮਾਤਾ ਜੀ 'ਤੇ ਥੋੜ੍ਹੀ ਜਿਹੀ ਦ੍ਰਿਸ਼ਟੀ ਪਾਈ ਜੀ, ਥੋੜ੍ਹੀ ਜਿਹੀ ਦ੍ਰਿਸ਼ਟੀ ਪਾਈ ਅਤੇ ਮਾਤਾ ਜੀ ਦੇ ਅੰਦਰੋਂ ਨਾ ਮੋਹ ਵਾਲਾ ਖਾਨਾ ਕੁਝ ਸਮੇਂ ਵਾਸਤੇ ਬੰਦ ਕਰਤਾ ਮਹਾਰਾਜ ਨੇ ਜੀ। ਜਿੱਥੋਂ ਮੋਹ ਪੈਦਾ ਹੁੰਦਾ ਨਾ ਪਿਆਰ, ਜਿੱਥੇ ਮਾਂ ਕਹਿੰਦੀ ਪੁੱਤ ਨੂੰ ਮੈਂ ਨਹੀਂ ਜਾਣ ਦੇਣਾ, ਮਾਤਾ ਨੇ ਉਹ ਖਾਨਾ ਬੰਦ ਕਰਤਾ ਮਾਤਾ ਜੀ ਦਾ ਜੀ। ਹਾਂਜੀ, ਦ੍ਰਿੜ ਬੰਧਨ ਜਗ ਮਿਟ ਗਏ ਭਈ ਜੋਗ ਨਿਰਬਾਨ, ਕਹਿੰਦੇ ਉਸ ਸਮੇਂ 'ਤੇ ਮਾਤਾ ਜੀ ਸਮਝੋ ਮੁਕਤੀ ਦੇ ਲਾਇਕ ਮਹਾਰਾਜ ਨੇ ਕਰਤੇ ਜੀ, ਕੁਝ ਸਮੇਂ ਵਾਸਤੇ ਵੀ ਜਿੰਨਾ ਚਿਰ ਜਾਣਾ ਉਨਾ ਚਿਰ ਤੱਕ ਮੋਹ ਦੂਰ ਰਵੇ, ਸਾਡੇ ਪਿੱਛੋਂ ਜੋ ਮਰਜ਼ੀ ਵਿਰਾਗ ਕਰਦੇ ਰਹਿਣ। ਹਾਂਜੀ, ਸਵਈਆ ਮਾਤ ਕੋ ਦੇਖ ਸੰਤੋਖ ਉੱਠੇ ਪੁੰਨ ਤਾਤ ਆਇਓ ਕਹਿ ਕਹਿ ਸਮਝਾਵੇ, ਸੱਚੇ ਪਾਤਸ਼ਾਹ ਮਾਤਾ ਜੀ ਦੇ ਕੋਲੋਂ ਪ੍ਰਸ਼ਾਦਾ ਛਕ ਕੇ ਪਲੰਘੇ 'ਤੇ ਬੈਠੇ ਅਤੇ ਜਦੋਂ ਮਹਾਰਾਜ ਪਲੰਘੇ ਕੋ ਬੈਠੇ ਅਤੇ ਸਤਿਗੁਰੂ ਜੀ ਦੇ ਪਿਤਾ ਜੀ ਮਹਾਰਾਜ ਦੇ ਕੋਲ ਆ ਕੇ ਸਮਝਾਉਣ ਵਾਸਤੇ।
ਜਾਨੋ ਹੋ ਜਿਉਂ ਕਰੀਏ ਨਿਜ ਕਾਰਜ ਮੋਕਹਿਨੋ ਕਬ ਲਓ ਬਨ ਆਵੇ। ਗੱਜ ਕੇ ਆਖੋ ਤੇ ਪਿਤਾ ਜੀ ਦੇ ਉੱਤੇ ਵੀ ਮਹਾਰਾਜ ਨੇ ਪਾਈ ਦ੍ਰਿਸ਼ਟੀ ਤੇ ਪਿਤਾ ਜੀ ਕਹਿੰਦੇ ਜਿੱਥੇ ਜਾਣਾ ਜਾਓ ਅੱਗੇ ਤੁਸੀਂ ਕਿਹੜਾ ਸਾਡਾ ਕਹਿਣਾ ਮੰਨਦੇ ਹੋ, ਕਹਿੰਦੇ ਅੱਗੇ ਕਿਹੜਾ ਸਾਡਾ ਕਹਿਣਾ ਮੰਨਦੇ ਹੋ, ਹੈਂ ਅਸੀਂ ਨਹੀਂ ਤੁਹਾਨੂੰ ਕੁਝ ਕਹਿ ਸਕਦੇ, ਜਾਓ ਜਿੱਥੇ ਜਾਣਾ ਜਾਓ। ਹਾਂਜੀ, ਏਕ ਤੂੰ ਤਾਤ ਹੋ ਤੋ ਹਮਰੇ ਘਰ ਸ਼ੋਰ ਚਲੇ ਇਹ ਕਿਉਂ ਮਨ ਭਾਵੇ। ਪਰ ਪੁੱਤਰ ਤੂੰ ਸਾਡਾ ਇਕੱਲਾ ਇਕੱਲਾ ਪੁੱਤ ਹੈ, ਘਰ ਛੱਡ ਕੇ ਜਾਣਾ ਸਾਨੂੰ ਚੰਗਾ ਨਹੀਂ ਲੱਗਦਾ, ਕਹਿੰਦੇ ਪਰ ਰੋਕ ਨਹੀਂ ਸਕਦੇ ਅਸੀਂ ਤੁਹਾਨੂੰ। ਹਾਂਜੀ, ਔਰ ਕਹੇ ਬਹੁ ਭੰਤਨ ਕੇ ਬਚ ਧਾਮ ਰਹੇ ਹਿਰਦਾ ਬਿਰ ਮਾਵੇ। ਕਹਿੰਦੇ ਵੇਖੋ ਬਾਕੀਆਂ ਦੇ ਬੱਚੇ ਵੀ ਤੇ ਘਰਾਂ ਚ ਬੈਠੇ ਹੈ ਨਾ, ਪੁੱਤ ਨੇ ਪੋਤਰੇ ਨੇ ਮੇਰੇ ਨਾਲ ਦੇ ਸਾਰੇ ਸੁਖੀ ਆਨੰਦ ਹੈ, ਇੱਕ ਮੈਂ ਹੀ ਹਾਂ ਜਿਹਦੇ ਨਾ ਪੋਤਰੇ ਕੋਲ ਹੈ ਨਾ ਪੁੱਤ ਕੋਲ ਹੈ। ਗੱਡ ਕੇ ਆਖੋ ਵਾਹਿਗੁਰੂ, ਹੁਣ ਕੌਣ ਦੱਸੇ ਵੀ ਤੁਹਾਡੇ ਘਰ ਆਇਆ ਵੀ ਤੇ ਰੱਬ ਹੈ ਨਾ। ਹਾਂਜੀ, ਦੇਖ ਦਇਆ ਦ੍ਰਿਸ਼ਟੀ ਪਿਤ ਕੀ ਦਿਸ਼ ਮੋਹ ਹਨਿਓ ਉਪਮਾ ਭਲ ਆਈ। ਬਸ ਮਹਾਰਾਜ ਨੇ ਹੋਰ ਦ੍ਰਿਸ਼ਟੀ ਪਾਈ, ਥੋੜਾ ਜਿਹਾ ਗਹਿਰੀ ਨਿਗਾਹ ਨਾਲ ਵੇਖਿਆ ਅਤੇ ਪਿਤਾ ਜੀ ਦੇ ਅੰਦਰੋਂ ਕੁਝ ਸਮੇਂ ਵਾਸਤੇ ਮੋਹ ਸਮਾਪਤ ਕਰ ਦਿੱਤਾ ਜੀ ਮਹਾਰਾਜ ਨੇ। ਹਾਂਜੀ, ਜਿਉਂ ਬਹਿਰੀ ਖੱਗ ਕੋ ਚਪਟਾਤ ਦਬਾਏ ਕਹਿ ਦੇਤ ਨਹੀਂ ਉਕਸਾਈ। ਕਹਿੰਦੇ ਪਿਤਾ ਜੀ ਐ ਚੁੱਪ ਹੋ ਗਏ ਆ, ਚੁੱਪ ਹੋ ਗਏ ਆ, ਕੁਛ ਨਹੀਂ ਬੋਲੇ ਬਾਅਦ ਵਿੱਚ। ਜਿਵੇਂ ਸ਼ਿਕਾਰੀ ਸ਼ਿਕਾਰ ਨੂੰ ਨੱਪ ਲੈਂਦਾ ਅਤੇ ਸ਼ਿਕਾਰ ਸ਼ਾਂਤ ਹੋ ਜਾਂਦਾ, ਉਵੇਂ ਪਿਤਾ ਜੀ ਚੁੱਪ ਹੋ ਗਏ ਜੀ। ਹਾਂਜੀ, ਸ਼ਾਂਤ ਪਾਈ ਮਨ ਫੇਰ ਕਯੋ ਨਹਿ ਤੂਸ਼ਨ ਹੋਏ ਰਹਿਓ ਸੁਖ ਪਾਈ। ਪਾਉਡ ਰਹਿ ਪਰ ਅੰਕ ਕੇ ਉਪਰ ਸ਼੍ਰੀ ਗੁਰੂ ਨਾਨਕ ਕੀ ਗਤ ਦਾਈ। ਮਹਾਰਾਜ ਸ਼੍ਰੀ ਗੁਰੂ ਨਾਨਕ ਜੀ ਗਤ ਦਾਈ, ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਆਰਾਮ ਕਰਨ ਲੱਗ ਪਏ, ਪਿਤਾ ਜੀ ਵੀ ਆਰਾਮ ਕਰਨ ਲੱਗ ਪਏ, ਸਾਰੇ ਆਰਾਮ ਕਰਨ ਲੱਗ ਪਏ, ਮਹਾਰਾਜ ਸੱਚੇ ਪਾਤਸ਼ਾਹ ਸੱਦ ਗਏ ਜੀ ਪਲੰਘੇ ਤੇ। ਹਾਂਜੀ, ਨੀਂਦ ਬਸੀ ਹੋਏ ਸੋਏ ਰਹੇ ਤਬ ਜਾਮਨ ਜਾਮ ਰਹੀ ਜਬ ਹੀ। ਜਦੋਂ ਇੱਕ ਪੈਰ ਰਾਤ ਦਾ ਰਹਿ ਗਿਆ, ਆਲਸ ਸ਼ੋਰ ਉੱਠੇ ਕਰੁਣਾ ਨਿਧ ਦਾਸਨ ਕੇ ਸੁਖ ਦਾ ਸਭ ਹੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਪਲੰਘੇ ਤੋਂ ਉੱਠੇ। ਹਾਂਜੀ, ਨਾਨਕ ਹੇਤ ਚਲੇ ਉੱਠ ਬਾਹਰ ਚੰਦ ਕੀ ਜੌਨ ਦੇ ਪੈ ਤਬ ਹੀ। ਕਹਿੰਦੇ ਚੰਦ ਦੀ ਰੋਸ਼ਨੀ ਹੈ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੋਲਾ ਲਿਆ, ਕੱਪੜੇ ਬਸਤਰ ਲਏ ਅਤੇ ਸੱਚੇ ਪਾਤਸ਼ਾਹ ਘਰ ਤੋਂ ਬਾਹਰ ਨੂੰ ਹੋ ਤੁਰੇ ਜੀ, ਬਾਹਰ ਨੂੰ ਹੋ ਤੁਰੇ ਇਸ਼ਨਾਨ ਪਾਣ ਕਰਨ ਵਾਸਤੇ। ਹਾਂਜੀ, ਤਿਉ ਭਗਤੀ ਪ੍ਰਕਾਸ਼ਨ ਕੋ ਸਭ ਦੇਸ਼ ਵਿਦੇਸ਼ ਚਲੇ ਅਬ ਹੀ। ਕਹਿੰਦੇ ਮਹਾਰਾਜ ਦੇ ਮੁੱਖ ਮੰਡਲ 'ਤੇ ਵੱਖਰੀ ਚਮਕ ਹੈ। ਕਿਉਂ ਵੱਖਰੀ ਚਮਕ ਹੈ? ਕਿਉਂਕਿ ਆਪਣੇ ਸੇਵਕ ਨੂੰ ਨਿਹਾਲ ਕਰਨਾ ਜਾ ਕੇ ਸ਼ਿਵ ਨਾਭ ਬੜੀਆਂ ਅਰਦਾਸਾਂ ਕਰਨ ਦਿਆ, ਤਰਲੇ ਲੈਣ ਦਿਆ। ਹਾਂਜੀ, ਕੂਪ ਹਰਠ ਚਲੇ ਨਹਿ ਕੋਏ ਫੇਰੇ ਇੱਕ ਦੋਏ ਤਬੇ ਗਤ ਦਾਈ। ਮਹਾਰਾਜ ਸੱਚੇ ਪਾਤਸ਼ਾਹ ਚੱਲਦੇ ਗਏ ਚੱਲਦੇ ਗਏ ਅਤੇ ਕੋਈ ਖੂਹ ਨਹੀਂ ਸੀਗਾ ਜੀ ਲਾਗੇ, ਕੋਈ ਹਲਟ ਨਹੀਂ ਸੀ ਚੱਲ ਰਿਹਾ, ਮੁਕਤੀ ਦੇ ਦਾਤੇ ਇੱਕ ਥਾਂ ਹੋਰ ਅੱਗੇ ਗਏ ਜੀ। ਹਾਂਜੀ, ਨੀਰ ਨਾ ਪਾਵਤ ਭੇ ਕਿਤ ਹੂੰ ਤੇ ਕਾਲ ਵੇਖੈ ਮੁਖ ਬਾਣੀ ਅਲਾਈ। ਅੰਮ੍ਰਿਤ ਵੇਲੇ ਦਾ ਸਮਾਂ, ਅੰਮ੍ਰਿਤ ਵੇਲੇ ਦਾ ਸਮਾਂ ਅਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨਾ ਜਲ ਲੱਭ ਰਹੇ ਜੀ ਉੱਥੋਂ, ਜਲ ਇਸ਼ਨਾਨ ਕਰਨ ਵਾਸਤੇ। ਹਾਂਜੀ, ਕੋਊ ਸਰੋਵਰ ਨਾਹੇ ਇਹਾਂ ਨਗਰੀ ਬਿਨ ਨੀਰ ਨਾ ਕੋਪ ਚਲਾਈ। ਖੂਹ ਸੀਗਾ ਭਾਈ ਬਾਲੇ ਦੇ ਉੱਥੇ ਖੇਤਾਂ 'ਤੇ, ਖੇਤਾਂ ਦੇ ਬਾਹਰ ਬਾਰ ਸੀਗਾ ਖੂਹ, ਸ਼ਹਿਰ ਦੇ ਵਿੱਚ ਕੋਈ ਖੂਹ ਨਹੀਂ ਸੀਗਾ, ਜੇ ਹੈਗੇ ਸੀਗੇ ਘਰਾਂ ਦੇ ਵਿੱਚ ਹੁੰਦੇ ਸੀਗੇ, ਬਾਹਰ ਨਹੀਂ ਸੀ ਹੁੰਦੇ, ਘਰਾਂ ਦੇ ਵਿੱਚ ਖੂਹ ਹੈ। ਅਤੇ ਹੁਣ ਅੰਮ੍ਰਿਤ ਵੇਲੇ ਘਰ ਬੰਦ ਨੇ ਸਾਰਿਆਂ ਦੇ, ਮਹਾਰਾਜ ਕਹਿੰਦੇ ਕਮਾਲ ਹੈ, ਨਾ ਕੋਈ ਬਾਹਰ ਸਰੋਵਰ ਹੈ, ਨਾ ਕੋਈ ਬਾਹਰ ਖੂਹ ਹੈ। ਹਾਂਜੀ, ਰਾਏ ਬੋਲਾਰ ਜਾਗਤ ਰਾਏ ਬੋਲਾਰ ਸੁਣੀ ਤੇ ਕਾਲ ਵੇਖੈ ਮਨ ਇਉਂ ਠਹਿਰਾਈ। ਮਹਾਰਾਜ ਚੱਲਦੇ ਚੱਲਦੇ ਸੱਚੇ ਪਾਤਸ਼ਾਹ ਰਾਏ ਬੁਲਾਰ ਦੇ ਘਰਾਂ ਵੱਲ ਨੂੰ ਆ ਤੁਰੇ ਜੀ। ਰਾਏ ਬੁਲਾਰ ਅੰਮ੍ਰਿਤ ਵੇਲੇ ਜਾਗ ਰਿਹਾ ਸੀਗਾ। ਗੱਜ ਕੇ ਆਖੋ ਵਾਹਿਗੁਰੂ। ਉਧਰੋਂ ਮਹਾਰਾਜ ਸਹਿਜ ਸੁਭਾਅ ਉੱਚੀ ਬਚਨ ਕੀਤਾ, ਮਹਾਰਾਜ ਕਹਿੰਦੇ ਕਮਾਲ ਦੀ ਗੱਲ ਹੈ, ਬਾਰ ਬਾਰ ਕੋਈ ਖੂਹ ਨਹੀਂ, ਕੋਈ ਸਰੋਵਰ ਨਹੀਂ ਹੈਗਾ ਸਾਡੇ ਨਗਰ 'ਚ।
ਨਾਨਕ ਨਾਮ ਸਰੋਵਰ ਲਾਵੋ ਉਠਤ ਪੋਰ ਇਹ ਮਨ ਅੰਨ। ਰਾਏ ਬੁਲਾਰ ਜੀ ਨੇ ਅੰਮ੍ਰਿਤ ਵੇਲੇ ਮਹਾਰਾਜ ਦੇ ਮੁਖੋਂ ਸੁਣਿਆ, ਬਾਹਰ ਤੇ ਨਹੀਂ ਗਏ, ਅੰਦਰੇ ਘਰ ਵਿੱਚ ਕਮਰੇ 'ਚ ਬੈਠੇ ਸੋਚਣ ਦੇ ਹੈ ਵੀ ਹੁਣ ਨਾ ਇੱਥੇ ਨਗਰ ਦੇ ਵਿੱਚ ਵੱਡਾ ਸਰੋਵਰ ਬਣਾਉਣਾ ਅਤੇ ਸਰੋਵਰ ਦਾ ਨਾਮ ਇਹਨਾਂ ਦੇ ਨਾਮ 'ਤੇ ਰੱਖਣਾ ਹੈ। ਭਾਵ ਸਰੋਵਰ ਦਾ ਨਾਮ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਮ 'ਤੇ ਰੱਖਣਾ, ਗੱਲ ਤਾਂ ਪਿਆਰੇ ਨੂੰ ਖੁਸ਼ ਕਰਨ ਦੀ ਹੈ ਜੀ। ਮਹਾਰਾਜ ਨੇ ਰਾਏ ਬੁਲਾਰ ਜੀ ਨੂੰ ਤਾਂ ਨਹੀਂ ਆਖਿਆ ਜੀ, ਪਰ ਰਾਏ ਬੁਲਾਰ ਜੀ ਨੇ ਸੁਣ ਲਿਆ ਅਤੇ ਰਾਏ ਬੁਲਾਰ ਜੀ ਨੇ ਫੁਰਨਾ ਬਣਾਇਆ ਵੀ ਇਹਨਾਂ ਦੇ ਨਾਮ ਦਾ ਸਰੋਵਰ ਹੁਣ ਤਿਆਰ ਕਰਨਾ ਇੱਥੇ। ਜਾਨਤ ਪਾ ਨਿਜ ਕੋ ਕਿਰ ਤਾਰਥ ਲਾਏ ਤੜਾ ਗ੍ਰਿਧੈ ਬਿਗਸਾਨਾ। ਬਸ ਪੱਕੀ ਵਿਚਾਰ ਬਣਾ ਲਈ ਵੀ ਇੱਥੇ ਸਰੋਵਰ ਬਣਾਉਣਾ ਬੜਾ ਵੱਡਾ ਅਤੇ ਨਾਮ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਨਾਂ 'ਤੇ ਰੱਖਣਾ। ਹਾਂਜੀ। ਸੋ ਖੁਨ ਵਾਏ ਤਹਾਂ ਝੱਟਤੀ ਦਿਨ ਈਖਦ ਮੈਂ ਕਰ ਤਿਆਰ ਸੁਜਾਨਾ। ਗੱਜ ਕੇ ਆਖੋ। ਉਹ ਕੁਝ ਦਿਨਾਂ ਬਾਅਦ ਜੀ, ਕੁਝ ਦਿਨਾਂ ਬਾਅਦ ਦੀ ਗੱਲ ਹੈ, ਕੁਝ ਦਿਨਾਂ ਬਾਅਦ ਹੀ ਰਾਏ ਬੁਲਾਰ ਜੀ ਨੇ ਸਾਧ ਸੰਗਤ ਉੱਥੇ ਸਰੋਵਰ ਬਣਾ ਦਿੱਤਾ ਸੀਗਾ। ਪਿਆਰਿਓ, ਹੁਣ ਤੱਕ ਜਿੰਨੀ ਤੁਸੀਂ ਕਥਾ ਸੁਣੀ ਹੈ ਅਜੇ ਕਿਸੇ ਸਰੋਵਰ ਦਾ ਜ਼ਿਕਰ ਨਹੀਂ ਆਇਆ ਜੀ। ਮਹਾਰਾਜ ਸਾਹਿਬ ਜੀ ਨੇ ਆਪ ਕੋਈ ਬਣਵਾਇਆ ਹੋਵੇ, ਇਹ ਸਮਝੋ ਵੀ ਪਹਿਲਾ ਸਰੋਵਰ ਹੈ ਜਿਹੜਾ ਰਾਏ ਬੁਲਾਰ ਜੀ ਨੇ ਬਣਵਾਉਣਾ ਹੈ ਜੀ, ਬਣਵਾਇਆ ਜੀ ਫਿਰ ਉਹਨਾਂ ਨੇ। ਹਾਂਜੀ। ਹੈ ਅਬ ਲਓ ਅਸ਼ਨਾਨ ਪੁਨੀਤ ਕਰੈ ਇਹ ਠਾਂ ਇਹ ਪਾਪ ਪਰਾਂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਦਰਸ਼ਨ ਕਰਕੇ ਆਇਆ, ਰਾਏ ਬੁਲਾਰ ਜੀ ਨੇ ਜਿਹੜਾ ਸਰੋਵਰ ਬਣਾਇਆ ਅੱਜ ਵੀ ਉੱਥੇ ਹੈਗਾ। ਕਹਿਣ ਲੱਗੇ ਉਹਦਾ ਨਾਮ ਗੁਰੂ ਨਾਨਕ ਸਾਹਿਬ ਜੀ ਦੇ ਨਾਮ 'ਤੇ ਹੈ ਅਤੇ ਕਹਿੰਦੇ ਹੈ ਲੋਕ ਉੱਥੇ ਇਸ਼ਨਾਨ ਕਰਦੇ ਹੈ, ਲੋਕਾਂ ਦੇ ਪਾਪ ਦੂਰ ਹੁੰਦੇ ਹੈ। ਰਾਏ ਬੁਲਾਰ ਜੀ ਨੇ ਅੱਜ ਵੀ ਜਿਹੜਾ ਸਰੋਵਰ ਬਣਾਇਆ ਰਾਏ ਬੁਲਾਰ ਜੀ ਨੇ ਅੱਜ ਵੀ ਉੱਥੇ ਹੈਗਾ ਕਹਿੰਦੇ। ਹਾਂਜੀ। ਦੋਹਰਾ ਮੁਝ ਕੋ ਲਇਓ ਬੁਲਾਏ ਤਬ ਕਰਵਾਇਓ ਇਸ਼ਨਾਨ। ਭਾਈ ਬਾਲਾ ਜੀ ਕਹਿੰਦੇ ਫਿਰ ਮੈਨੂੰ ਮਹਾਰਾਜ ਨੇ ਸੱਦਿਆ, ਮੇਰੇ ਘਰ ਗਏ, ਚੱਲ ਬਾਲਿਆ ਖੂਹ 'ਤੇ ਚੱਲੀਏ ਇਸ਼ਨਾਨ ਕਰੀਏ। ਭਾਈ ਬਾਲਾ ਜੀ ਕਹਿੰਦੇ ਮੈਂ ਮਹਾਰਾਜ ਨੂੰ ਖੂਹ 'ਤੇ ਖੜਿਆ, ਮਹਾਰਾਜ ਨੇ ਇਸ਼ਨਾਨ ਕੀਤਾ ਜੀ। ਫਿਰ ਭਾਈ ਬਾਲਾ ਜੀ ਦੇ ਖੂਹ 'ਤੇ ਮਹਾਰਾਜ ਜ਼ਿਆਦਾ ਬਹਿੰਦੇ ਹੁੰਦੇ ਸਨ ਜਾ ਕੇ। ਹਾਂਜੀ। ਅਲ ਮਿਲਕਰ ਸਤਿਗੁਰੂ ਕੀਨੋ ਪੁਨ ਪ੍ਰਸਥਾਨ। ਫਿਰ ਆਪਣੇ ਘਰ ਵਾਲਿਆਂ ਨੂੰ ਮਿਲੇ, ਰਾਏ ਬੁਲਾਰ ਨੂੰ ਮਿਲੇ, ਸਾਰਿਆਂ ਨੂੰ ਮਿਲੇ ਅਤੇ ਮਹਾਰਾਜ ਨੇ ਸੰਗਲਾ ਦੀਪ ਨੂੰ ਚਾਲਾ ਪਾ ਦਿੱਤਾ। ਸਵਈਆ ਦੋਏ ਮਹੂਰਤ ਜਾਮਨ ਤੇ ਗੁਰ ਨਾਨਕ ਜੀ ਤਬ ਕੀਨ ਪਾਇਆਨਾ। ਜਦੋਂ ਦੋ ਘੜੀਆਂ ਬੀਤ ਗਈਆਂ ਦਿਨ ਚੜੀਆਂ ਨੂੰ, ਦੋਏ ਮਹੂਰਤ ਜਾਮਨ ਤੇ ਗੁਰ ਨਾਨਕ ਜੀ ਤਬ ਕੀਨ ਪਿਆਨਾ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਿਆਨਾ ਕੀਤਾ ਚੱਲਣ ਦਾ। ਸੰਗ ਚੱਲੇ ਸੁਖ ਸਾਗਰ ਕੇ ਜੁਗ ਮੈਂ ਪੁਨ ਔਰ ਚੱਲਿਓ ਮਰਦਾਨਾ। ਭਾਈ ਬਾਲਾ ਜੀ ਕਹਿੰਦੇ ਸਤਿਗੁਰਾਂ ਦੇ ਨਾਲ ਮੈਂ ਸਾਂ ਅਤੇ ਭਾਈ ਮਰਦਾਨਾ ਸੀ, ਆਪਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਗਏ। ਚੇਤ ਆਨੰਦ ਸਤੰਗ ਸੁਖ ਕੰਦ ਗੋਬਿੰਦ ਮੁਕੰਦ ਸਦਾ ਦੁੱਖ ਹਨ। ਸਤ ਚੇਤ ਆਨੰਦ ਸਰੂਪ ਸੁੱਖਾਂ ਦੇ ਘਰ, ਸੁੱਖਾਂ ਦੇ ਬੱਦਲ, ਮੁਕਤੀ ਦੇ ਦਾਤੇ, ਦੁੱਖਾਂ ਦਾ ਨਾਸ਼ ਕਰਨ ਵਾਲੇ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਨੂੰ ਸੰਗਤ ਕਰਨ ਦਾ ਖੁੱਲ੍ਹਾ ਸਮਾਂ ਮਿਲਿਆ ਕਹਿੰਦੇ। ਹਾਂਜੀ। ਤਾਂ ਗੁਰ ਕੇ ਪਦ ਪੰਕਜ ਉਪਰ ਜਾਤ ਸਦੀਵ ਕਵੀ ਕੁਰਬਾਨਾ। ਕਵੀ ਸੰਤੋਖ ਸਿੰਘ ਲਿਖਦੇ ਕਹਿੰਦੇ ਐਸੇ ਸਤਿਗੁਰੂ ਜਿਨ੍ਹਾਂ ਦੇ ਚਰਨ ਦੁੱਖਾਂ ਦਾ ਨਾਸ਼ ਕਰ ਦਿੰਦੇ ਹੈ, ਜਿਹੜੇ ਸਤਿਗੁਰੂ ਸੁੱਖ ਦਿੰਦੇ ਹੈ, ਜਿਹੜੇ ਸਤਿਗੁਰੂ ਮੁਕਤੀ ਦਿੰਦੇ ਹੈ, ਮੈਂ ਉਹਨਾਂ ਦੇ ਚਰਨਾਂ ਤੋਂ ਕੁਰਬਾਨ ਜਾਂਦਾ ਹੈ। ਕੀ ਆਖਿਆ? ਤਾਂ ਗੁਰ ਕੇ ਪਦ ਪੰਕਜ ਉਪਰ ਜਾਤ ਸਦੀਵ ਕਵੀ ਕੁਰਬਾਨਾ। ਕਵੀ ਸੰਤੋਖ ਸਿੰਘ ਕਹਿੰਦੇ ਮੈਂ ਕੁਰਬਾਨ ਜਾਂਦਾ ਸਤਿਗੁਰਾਂ ਦੇ ਚਰਨਾਂ ਤੋਂ। ਮਹਾਰਾਜ ਸੰਗਲਾ ਦੀਪ ਨੂੰ ਤੁਰ ਪਏ ਹੈ, ਆਪਾਂ ਵੀ ਸਤਿਗੁਰੂ ਤੋਂ ਬਲਿਹਾਰ ਜਾਈਏ, ਕੁਰਬਾਨ ਜਾਈਏ। ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ, ਗੁਰ ਕੋ
ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ 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 ਅੰਦਰੋਂ ਪ੍ਰੇਮ ਨਾਲ ਮਹਾਰਾਜ ਨੂੰ ਆਖੋ ਬਲ ਬਲ ਜਾਈਐ ਬਲ ਬਲ ਜਾਈਐ ਬਲ ਬਲ ਜਾਈਐ ਬਲ ਬਲ ਜਾਈਐ ਬਲ ਜਾਈਐ ਬਲ ਬਲ ਜਾਈਐ ਬਲ ਬਲ ਜਾਈਐ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ 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 ਐਸੇ ਗੁਰ ਕੋ ਬਲ ਬਲ ਜਾਈਐ ਗੁਰ ਕੋ ਬਲ ਬਲ ਜਾਈਐ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ 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 ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਬਲਿਹਾਰ ਜਾਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੋਂ ਜਿਹੜੇ ਸਾਨੂੰ ਤਾਰਦੇ ਹੈ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਰਨ ਬੜੇ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਭ ਸੰਗਤ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿ